ਵਾਰੀ ਫਿਰ ਆਪ ਜੀ ਦਾ SS ਟੈਲੀਵਿਜ਼ਨ ਅਤੇ ਸੁਰਸਾਗ ਰੇਡੀਓ 'ਤੇ ਸਵਾਗਤ ਹੈ। ਸੋ ਪੱਕ ਦੇ ਮਸਲੇ ਠੀਕ ਆਪ 9:30 ਵਜੇ ਤੱਕ ਵੇਖਦੇ ਹੋ ਅਤੇ ਇਸ ਤੋਂ ਉਪਰੰਤ ਤੁਸੀਂ ਜਿਹੜੀ ਅੱਜ ਕੱਲ੍ਹ ਅਸੀਂ ਖੋਜ ਪ੍ਰੋਗਰਾਮ ਦੇ ਵਿੱਚ ਜਾਣਕਾਰੀ ਬਾਬਾ ਰਾਮ ਰਹੀਮ ਦੀ ਦੇ ਰਹੇ ਹਾਂ, ਉਹਨਾਂ ਦੇ ਰੈਲੇਟਿਵ ਭੁਪਿੰਦਰ ਸਿੰਘ ਗੋਰਾ ਦੇ ਨਾਲ ਕੀਤੀ ਹੋਈ ਗੱਲਬਾਤ ਆਪ ਜੀ ਦੇ ਨਾਲ ਸਾਂਝੀ ਕਰਦੇ ਹਾਂ। ਜੇਕਰ ਆਪ ਜੀ ਦੇ ਘਰ ਟੈਲੀਵਿਜ਼ਨ ਚੈਨਲ ਨਹੀਂ ਲੱਗਾ, ਪਲੀਜ਼ ਰੋਜਰਸ, ਕੋਜਕੋ ਜਾਂ ਬੈਲ 5 ਤੋਂ ਤੁਸੀਂ ਲਵਾ ਸਕਦੇ ਹੋ, ਜਾਂ ਤੁਹਾਡੇ ਪਾਸ ਜਿਹੜੇ ਕਿ ਸੈਟਅਪ ਬਾਕਸ ਪਏ ਹਨ ਉਹਨਾਂ ਰਾਹੀਂ ਵੀ ਤੁਸੀਂ ਇਹ ਚੈਨਲ ਵੇਖ ਸਕਦੇ ਹੋ। ਆਪ ਜੀ ਨੂੰ ਬੇਨਤੀ ਹੈ ਕਿ ਜਿਨ੍ਹਾਂ ਘਰਾਂ ਵਿੱਚ ਇਹ ਚੈਨਲ ਨਹੀਂ ਚੱਲ ਰਿਹਾ ਉਹ ਵੀ ਜ਼ਰੂਰ ਲਵਾਉਣ, ਕਿਉਂਕਿ ਇਸ ਦੇ ਵਿੱਚ ਅਸੀਂ ਕਾਫੀ ਗੰਭੀਰ ਮਸਲੇ ਜਿਹੜੇ ਕਿ ਸਾਡੀ ਕਮਿਊਨਿਟੀ ਦੇ ਹੁੰਦੇ ਹਨ ਉਹ ਡਿਸਕਸ ਕਰਦੇ ਹਨ ਪੋਜ਼ੀਟਿਵ ਤਰੀਕੇ ਨਾਲ, ਨਾ ਕਿ ਉਸ ਨੂੰ ਕੁਛ ਇਸ ਤਰੀਕੇ ਨਾਲ ਵਿਖਾ ਕੇ ਕਿ ਵੱਧ ਤੋਂ ਵੱਧ ਸਾਡੇ ਲੋਕ ਇਸ ਪ੍ਰੋਗਰਾਮ ਨੂੰ ਵੇਖਣ। ਲੇਕਿਨ ਉਸ ਦੇ ਨਾਲ ਕੀ ਹੁੰਦਾ ਕਿ ਕਮਿਊਨਿਟੀ ਦੇ ਵਿੱਚ ਗਲਤ ਮੈਸੇਜ ਜਾਂਦਾ ਹੈ। ਸੋ ਹਮੇਸ਼ਾ ਸਾਨੂੰ ਨੈਗੇਟਿਵ ਨਹੀਂ ਹੋਣਾ ਚਾਹੀਦਾ, ਸਾਨੂੰ ਪੋਜ਼ੀਟਿਵ ਵੀ ਹੋਣ ਦੀ ਜ਼ਰੂਰਤ ਹੈ। ਜੇਕਰ ਪੋਜ਼ੀਟਿਵ ਹੋਵਾਂਗੇ ਤਾਂ ਬਹੁਤ ਸਾਰੇ ਕੰਮ ਸਿੱਧੇ ਚੱਲਣਗੇ। ਸੋ ਪਲੀਜ਼ ਬੇਨਤੀ ਹੈ ਕਿ ਜਦੋਂ ਵੀ ਤੁਸੀਂ ਕਿਸੇ ਮੀਡੀਆ ਵਾਲੇ ਮੀਡੀਆਕਾਰ ਨਾਲ ਗੱਲ ਕਰਦੇ ਹੋ ਉਹਨਾਂ ਨੂੰ ਵੀ ਜ਼ਰੂਰ ਕਿਹਾ ਕਰੋ ਕਿ ਪੋਜ਼ੀਟਿਵ ਆਪਾਂ ਲੋਕਾਂ ਦਾ ਐਟੀਟਿਊਡ ਵਧਾਉਣ ਦੀ ਕੋਸ਼ਿਸ਼ ਕਰੀਏ, ਸੋਚ ਪੋਜ਼ੀਟਿਵ ਵਧਾਈਏ ਅਤੇ ਕੰਮ ਬਿਲਕੁਲੋਂ ਚੰਗੇ ਚੱਲਣਗੇ। ਸੋ ਲਓ ਦੂਸਰਾ ਵਿਸ਼ਾ ਹੈ ਜਿਹੜਾ ਕਿ ਭਾਰਤ ਦੇ ਨਾਲ ਸੰਬੰਧਿਤ ਹੈ। ਜਿਵੇਂ ਕਿ ਹਰ 20 ਮਿੰਟ ਬਾਅਦ ਉੱਥੇ ਅਜਿਹਾ ਕਰਮ ਕੀਤਾ ਜਾਂਦਾ ਹੈ, ਉੱਥੋਂ ਦੇ ਲੋਕ ਜਿਹੜੇ ਇਸ ਵੇਲੇ ਕਿਸ ਬਿਰਤੀ ਵਾਲੇ ਹੋ ਗਏ ਹਨ, ਉਹ ਕੋਈ ਨਹੀਂ, ਮੈਂ ਤਾਂ ਸਮਝਦਾ ਸਾਰਾ ਸਮਾਜ ਹੀ ਉਸ ਬਿਰਤੀ ਨੂੰ ਵੱਧਦਾ ਜਾ ਰਿਹਾ ਹੈ। ਇਸ ਨੂੰ ਕਿੱਦਾਂ ਨੱਕ ਪਾਉਣੀ ਹੈ, ਛੋਟੀਆਂ ਛੋਟੀਆਂ ਬੱਚੀਆਂ ਨਾਲ ਕਰਮ ਕੀਤੇ ਜਾ ਰਹੇ ਹਨ ਅਤੇ ਇਹਦੇ ਵਿੱਚ ਬਹੁਤ ਸਾਰੇ ਜਿਹੜੇ ਆ ਡੋਮੈਸਟਿਕ ਵਾਇਲੈਂਸ ਵੀ ਬਹੁਤ ਸਾਰੀ ਹੁੰਦੀ ਹੈ, ਚਾਈਲਡ ਅਬਿਊਜ਼ ਹੋ ਰਿਹਾ ਹੈ, ਮਰਡਰ ਹੋ ਰਿਹਾ ਹਨ, ਕਰਪਸ਼ਨ ਵੱਧ ਰਹੀ ਹੈ। ਸੋ ਭਾਰਤ ਦੀ ਜਿਹੜੀ ਸਥਿਤੀ ਹੈ ਇਸ ਵੇਲੇ ਡਾਵਾਂਡੋਲ ਹੈ। RSS ਦਾ ਕਾਫੀ ਪ੍ਰਭਾਵ ਹੈ ਉੱਥੇ ਅੱਜ ਕੱਲ੍ਹ ਵੇਖਣ 'ਚ ਆ ਰਿਹਾ ਹੈ, ਤੁਸੀਂ ਬਹੁਤ ਸਾਰੀਆਂ ਸੋਸ਼ਲ ਮੀਡੀਆ ਦੇ ਵਿੱਚ ਵੇਖ ਰਹੇ ਹੋਵੋਗੇ ਕਿ ਉੱਥੋਂ ਦਾ ਯੂਥ ਜਿਹੜਾ ਹੈ ਉਹ ਆਪਣੇ ਆਪ ਨੂੰ ਇੱਕ ਲੀਡਰ ਖਵਾਉਣ ਵਾਸਤੇ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਜਿਹੜੀ ਕਿਸੇ ਕੌਮ ਪ੍ਰਤੀ ਗਲਤ ਕਹਿਣ ਨੂੰ ਉਹ ਡਰਦਾ ਨਹੀਂ ਹੈ ਅਤੇ ਨਾਲ ਉਸਨੂੰ ਫਿਰ ਇਹ ਕਹਿ ਦਿੱਤਾ ਜਾਂਦਾ ਕਿ ਸਿਕਿਉਰਿਟੀ ਦਿੱਤੀ ਜਾ ਰਹੀ ਹੈ ਅਤੇ ਇਹ ਬਹੁਤ ਸਾਰੇ ਅਜਿਹੀਆਂ ਗੱਲਾਂ ਜਿਹੜੀਆਂ ਵੱਧਦੀਆਂ ਜਾ ਰਹੀਆਂ ਹਨ। ਸਿਕਿਉਰਿਟੀ ਲੈਣ ਵਾਸਤੇ ਵੀ ਅਜਿਹੇ ਲੋਕ ਜਿਹੜੇ ਹਨ ਕਿਸੇ ਵੇਲੇ ਇੱਕ ਦੂਜੇ ਦੇ ਮਰਡਰ ਜਾਂ ਅਜਿਹੀਆਂ ਗਲਤੀਆਂ ਕਰ ਰਹੇ ਹਨ, ਲੇਕਿਨ ਸਭ ਤੋਂ ਨਿੰਦਣਯੋਗ ਹੈ ਜਿਹੜਾ ਬੱਚੀਆਂ ਦੇ ਨਾਲ ਕਰਮ ਕਰਦੇ ਹਨ। ਸੋ ਉਸ ਪੱਖੀ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ, ਠੀਕ 9:30 ਵਜੇ ਤੱਕ ਕਰਾਂਗੇ। ਬ੍ਰਿਗੇਡੀਅਰ ਸਾਹਿਬ, ਤੁਹਾਡਾ ਕੀ ਮੰਨਣਾ ਹੈ ਕਿ ਇਸ ਬਿਰਤੀ ਦੇ ਲੋਕ ਕਿਉਂ ਵੱਧਦੇ ਜਾ ਰਹੇ ਹਨ? ਐਕਚੁਅਲੀ ਅਸੀਂ ਅੱਜ ਭਾਰਤ ਦੀ ਗੱਲ ਕਰ ਰਹੇ ਹਾਂ ਕਿਉਂਕਿ ਉੱਥੇ ਪਿੱਛੇ ਜਿਹੇ ਕੇਸ 2-3 ਬਹੁਤ ਭਿਆਨਕ ਹੋਏ ਹੈ, ਪਰ ਵੈਸੇ ਪਹਿਲੋਂ ਸਾਹਿਬ ਦੇਖੋ ਕਿ ਵਿਮਨ ਦੇ ਅਗੇਂਸਟ ਜਿਹੜੇ ਕ੍ਰਾਈਮ ਹੈ, ਈਵਨ ਆ ਜਿਹੜੇ ਮਾਡਰਨ ਦੇਸ਼ ਹੈ, ਨੌਰਥ ਅਮੈਰੀਕਾ, ਕੈਨੇਡਾ, ਅਮੈਰੀਕਾ, ਬਾਕੀ ਯੂਰਪ, ਉੱਥੇ ਵੀ ਹੋ ਰਹੇ ਆ। ਗਰਲਸ ਨੂੰ ਸਟਾਕਿੰਗ ਕਰਨਾ ਕੰਮ 'ਤੇ, ਉਹਨਾਂ ਨੂੰ ਛੇੜਛਾੜ ਨਹੀਂ ਕਰਨਾ, ਜਾਂ ਚਾਈਲਡ ਅਬਿਊਜ਼ ਹੋਣਾ, ਜਾਂ ਪਰ ਆ ਜਿਹੜੇ ਰੇਪ ਦੇ ਕੇਸਿਸ ਆ ਉਹ ਹਿੰਦੁਸਤਾਨ 'ਚ ਇੰਨੇ ਜ਼ਿਆਦਾ ਹੋਣੇ ਸ਼ੁਰੂ ਹੋ ਗਏ ਆ ਕਿ ਹੁਣ ਸਟੈਟਿਸਟਿਕ ਇਹ ਕਹਿੰਦੇ ਕਿ ਹਰ 20 ਮਿੰਟ 'ਚ ਜੀ ਇੱਕ ਬੱਚੀ ਦਾ ਬਲਾਤਕਾਰ ਹੁੰਦਾ ਜੀ। ਜੇ ਇਹ ਕੋਈ ਅਵੇਕਨਿੰਗ ਕਾਲ ਨਹੀਂ ਹਿੰਦੁਸਤਾਨ ਲਈ ਜੀ, ਤਾਂ ਉਹ ਆਲਮੋਸਟ ਇਹ ਭੇੜੀਏ ਬਣ ਰਹੇ ਆ। ਔਰ ਖਾਸਕਰ ਬਲਾਤਕਾਰ ਉਹ ਕਰਦੇ ਆ ਜਿਹਨਾਂ ਕੋਲ ਪਾਵਰ ਬਹੁਤ ਹੈ ਜੀ, ਪਾਵਰ ਜਿਸ ਤਰ੍ਹਾਂ ਹੈਗੇ ਆ ਮਿਨਿਸਟਰ, ਇੱਕ ਯੂਪੀ ਦੇ ਮਿਨਿਸਟਰ ਨੇ ਕੀਤੀ ਹੈ, ਜਾਂ ਇੱਥੇ ਪੁਲਿਸ ਅਫਸਰ ਇੱਥੇ JNK 'ਚ 7 ਸਾਲ ਦੀ ਬੱਚੀ ਦਾ ਬਲਾਤਕਾਰ ਕੀਤਾ ਜੀ। ਤਾਂ ਅਸੀਂ ਰਿਕੁਐਸਟ ਕਰਦੇ ਹਾਂ ਕਿ ਕੁਛ ਕਿਤੇ ਸ਼ਾਰਟਸ ਦੇਖੀਏ ਫਿਰ ਡਿਸਕਸ ਕਰਦੇ ਹਾਂ। ਹਾਂਜੀ ਜ਼ਰੂਰ ਜੀ, ਲਓ ਕੁਝ ਫੁਟੇਜ ਹੈ ਉਸ ਬੱਚੀ ਦੀ ਜਿਹੜੀ ਕਿ ਆਪ ਜੀ ਦੇ ਨਾਲ ਸਾਂਝੀ ਕਰਦੇ ਹਾਂ। ਸੁਣਾ ਥਾ ਕਿ ਬੇਹੱਦ ਸੁਨਹਿਰੀ ਹੈ ਦਿੱਲੀ, ਸਮੁੰਦਰ ਸੇ ਖਾਮੋਸ਼ ਗਹਿਰੀ ਹੈ ਦਿੱਲੀ, ਮਗਰ ਇੱਕ ਮਾਂ ਕੀ ਸਦਾ ਸੁਣ ਨ ਪਾਏ, ਤੋ ਲਗਤਾ ਹੈ ਗੂੰਗੀ ਹੈ ਬਹਿਰੀ ਹੈ ਦਿੱਲੀ, ਨਹੀਂ ਪੁੱਛਤਾ ਹੈ ਕੋਈ ਹਾਲ ਮੇਰਾ, ਕੋਈ ਲਾ ਕੇ ਦੇ ਦੇ ਮੁਝੇ ਲਾਲ। क्या वकील हाथ में डंडा देते हुए शोभा देते हैं? क्या कॉमन लोगों का जुडिशरी पे और वकीलों पे विश्वास नहीं उठ जाता है?
मिस्टर सलाथिया ने मेरे साथ बदसलूकी की है, मिस्टर सलाथिया ने मुझे धमकी दी है। इनको लगता है कि हम एक औरत को धमकी देंगे और वो एक औरत छुप जाएगी, वो एक औरत डर जाएगी, पर इनको पता नहीं है वो एक औरत डरने वाली नहीं है। वो एक औरत हिंदू के लिए भी, एक मुस्लिम के लिए भी, एक सिख के लिए भी, एक ईसाई के लिए भी है, क्योंकि मैं एक इंसान हूँ। मेरे घर में भी 5 साल की बच्ची है। मिस्टर सलाथिया को ये पता होना चाहिए, आई डोंट वांट टू गेट पर्सनल, उनको ये भी पता होना चाहिए कि इनके घर में भी जवान लड़की है। निकी जी गुनगुना रही है अते बाद विच उसकी जिहड़ा वकील, ये भी दस्या गया कि उसका केस भी कोई नहीं सी लड़न तैयार, लेकिन यह भी एक हिंदू परिवार की ही बच्ची है जिहड़ा कि केस वकील लड़ रही है। तो नाल दी नाल इत्थे भी कहना ठीक होएगा कि जिसने इनवैसटीगेशन की वह भी एक हिंदू परिवार चों ही इनवैसटीगेटर है। सो चंगे भी लोग हैं, हर एक कम्यूनिटी के माड़े नहीं होंगे, चंगे भी बहुत सारे होंगे, लेकिन चंद क लोग जिहड़े थोड़े गलत करतूतां करते हैं, कर्म करते हैं, उन्हां करके कम्यूनिटी बदनाम होंदी है। सो ब्रिगेडियर साहब, असी उस परिवार के बहुत नज़दीकी जिहड़े व्यक्ति हैं उन्हां दे नाल भी कुछ मिनट, 3 मिनट की रिकॉर्डिंग है, वह आपां सांझी करांगे। सो आपां अपने दर्शकों भी कॉल करते हैं कि वह भी साडे नाल इस विषय पर गलबात करन कि समाज जिहड़ा वा क्यों इधर नूं जा रहा है, किस तरह नत्थ पाउण दी जरूरत है, सानू अपनियां बच्चियां दी प्रोटैक्शन किदां करनी चाहीदी है। इत्थे भी जिहड़े चाइल्ड अब्यूज़ बहुत हो रहा है, परिवारां दे विच बहुत सारा हो रहा है, बच्चियां जिहड़ियां कि रिश्तेदारां वल्लों ही अजिही अब्यूसिव लैंग्वेज जां फिर अब्यूज़ कीतियां जा रही हैं। हाँ जी, सो आपां लो एक कॉल लैंदे हां ते उस तों बाद आपां तुहाडे विचार लैंदे हां। सुर सागर, हैलो जी। हैलो, हाँ जी, हाँ जी, पन्नू साहब जी। जी महाराज, पन्नू साहब, मैं प्रिंसिपल राम सिंह कुलार बोल रहे हैं जी। जी जी, हाँ जी, प्रिंसिपल साहब, ब्रिगेडियर साहब नो भी फतेह जी, सत श्री अकाल जी। तुहाडा ये टॉपिक दोने बड़े टॉप दे ने। अपने टीवी दी आवाज कट कर लो थोड़ी जी, ता कि तुसी डिस्टर्ब हो रहे हो, ते असी तुहाडे कोलो जरूर जानना चाहवांगे क्योंकि तुसी काफी बेनती है भी जेड़े है करती जी करती बहुत घट। हाँ जी, हाँ जी, प्रिंसिपल साहब। हाँ जी, एक ते पहला जेड़ा तुहाडा एजेंडा सी जी ये बिल्कुल दुरुस्त है, लेकिन ये ते बहुत मेडिटेशन होने की लोड़ है। डायस्पोरा साडा इन्ना बढ़ चुके है ऑल दी वर्ल्ड ओवर, सानू सेंटर भी बड़ा स्ट्रोंग करना चाहिए, लेकिन बाहर पावर्स डेलीगेट करनी है भी होनी है जरूरी ने। ठीक, हाँ जी, एक किस तरह तुसी थोड़ा जा होर एक्सप्लेन करोगे ताकि जिस तरह सरकारां दे हुंदे ने ना जी, बे रेजिडेंट कमिश्नर लाए हुंदे ने, हाँ जी, SGPC नू, अकाल तख्त नू। जी जी, बोली जाओ। हाँ जी जी, कंटीन्यूअसली बोली जाओ जी। हाँ जी, उस तरह के नाल साडे रेजिडेंट कमिश्नर या ब्रांचेस एम्बेसी टाइप रिलीजियस भी होनी चाहीदियां ने, जिहड़ियां बड़िया अथेंटिक होण, ते उत्थे बड़े एक तो नॉमिनी अकाल तख्त वालों होवे, बाकी लोकल जिहड़ी कमेटियां ने उन्हां दे विचों नुमाइंदे बैठिया करन, ते मंथली मीटिंग्स करिया करन। टॉपिक दिन ब दिन बहुत बढ़ रहे ने जी, इन्हां दे लई जिहड़ी टाइम एंड प्लेस है ये बहुत काउंट करती है, उत्थों बैठे ही कंट्रोल नहीं किया जा सकता। अमेरिका दियां प्रॉब्लम्स होर ने, आस्ट्रेलिया दियां होर ने, कैनेडा दियां होर ने, जिहड़ी लोकल सिचुएशन है, जिस तरह टाइम बदलता है, मौसम बदलता है, इस तरह होर कंडीशनस भी बहुत बदल दियां ने। कीपिंग दोज इन व्यू, सानू जिहड़ियां लोकल कमेटियां जिस तरह ब्रिगेडियर साहब ने भी कहा ये जरूर बनाउणियां चाहीदियां ने, लेकिन किवें बनन इहदे ते मेहनत होण दी कीते जाण दी जरूरत है। दूसरे अकाल तख्त ते SGPC दे नाल लीजन मेनटेन करना है, उहदे नाल अफिलिएशन बनी रहे, उहनां दी सुप्रीमेसी अकाल तख्त दी बनी रहे, लेकिन लोकल पावर्स भी मिलनियां जरूरी ने ताकि समस्या नूं लोकल लेवल ते डील कीता जा सके। अच्छा, प्रिंसिपल साहब, तुहाडा संपर्क अकाल तख्त साहब दे नाल है? हाँ जी,
ਤੁਸੀਂ ਕੀ ਇਹ ਕੋਈ ਨਾ ਕੋਈ ਸੰਦੇਸ਼ ਉਹਨਾਂ ਤੱਕ ਪੁੱਟ ਅਪ ਕਰ ਸਕਦੇ ਹੋ? ਹਾਂਜੀ ਕਰ ਸਕਦੇ ਹਾਂ, ਪਰ ਹੁਣ ਸਵਾਲ ਇਹ ਹੈ ਇਸ ਸਿਚੁਏਸ਼ਨ 'ਚ, ਹੁਣ ਤਾਂ ਮੈਂ ਇੱਧਰ ਹੈ, ਹਾਂਜੀ ਮੈਸੇਜ ਤਾਂ ਦਿੱਤਾ ਜਾ ਸਕਦਾ ਉਹਨਾਂ ਨੂੰ, ਲੇਕਿਨ ਵੱਡੀ ਚੀਜ਼ ਇਸ ਚੀਜ਼ ਦੀ ਹੈ ਵੀ ਅਕਾਲ ਤਖ਼ਤ ਦੀਆਂ ਵੀ ਜਿਹੜੀਆਂ ਸਰਵਿਸਿਸ ਨੇ ਇਹਨਾਂ ਨੂੰ ਨਵੇਂ ਸਿਰਿਓਂ ਰਿਵਿਊ ਕਰਕੇ ਕਿਸ ਤਰ੍ਹਾਂ ਦੇ ਨਾਲ ਜਥੇਦਾਰ ਦੀ ਸਿਲੈਕਸ਼ਨ ਹੋਵੇ, ਕੀ ਉਹਦਾ ਟੈਨਿਓਰ ਹੋਵੇ, ਕੀ ਉਹਦੀਆਂ ਪਾਵਰਸ ਹੋਣ, ਇਹ ਸਾਰਾ ਕੰਮ ਰਿਵਿਊਲ ਚਾਹੁੰਦਾ। ਉਹਦੀ ਲਾਈਟ ਦੇ ਵਿੱਚ ਹੀ ਅਸੀਂ ਵਰਲਡ ਨੂੰ ਕੋਈ ਨਾ ਕੋਈ ਗਾਈਡਲਾਈਨ ਸਿੱਖ ਜਗਤ ਨੂੰ ਦੇ ਸਕਦੇ ਹਾਂ। ਕੀ ਅਜਿਹਾ ਬੜੀ ਡਰਾਸਟਿਕ ਚੇਂਜ ਦੀ ਲੋੜ ਹੈ, ਮੇਜਰ ਚੇਂਜ ਦੀ ਲੋੜ ਹੈ? ਜਿਹੜਾ ਪੁਰਾਣਾ ਸਟੀਰੀਓਟਾਈਪ ਕੰਮ ਚੱਲਦਾ ਉਹ ਲੋਕਾਂ ਨੂੰ ਹੁਣ ਇਸ ਮੌਕੇ ਬਹੁਤ ਐਕਸੈਪਟੇਬਲ ਨਹੀਂ। ਅੱਛਾ ਪ੍ਰਿੰਸੀਪਲ ਸਾਹਿਬ, ਰਿਵੀਜ਼ਨ ਕਰਨ ਤੋਂ ਪਹਿਲਾਂ ਕੀ ਅਜਿਹਾ ਸੰਭਵ ਨਹੀਂ ਹੋ ਸਕਦਾ ਕਿ ਅਕਾਲ ਤਖ਼ਤ ਸਾਹਿਬ ਵੱਲੋਂ ਸੰਦੇਸ਼ ਆਵੇ ਕਿ ਹਾਂਜੀ ਇੱਥੇ ਕੈਨੇਡਾ, ਅਮੈਰੀਕਾ, ਇੰਗਲੈਂਡ, ਆਸਟ੍ਰੇਲੀਆ, ਜਿੱਥੇ ਜਿੱਥੇ ਆਪਣੀ ਵਸੋਂ ਹੈ ਉੱਥੇ ਕਮੇਟੀਆਂ ਤਿਆਰ ਕੀਤੀਆਂ ਜਾਣ, ਉਹਨਾਂ ਵੱਲੋਂ ਸੰਦੇਸ਼ ਆਵੇ ਕਿ ਇੱਥੇ ਤਿਆਰ ਕੀਤੀਆਂ ਜਾਣ ਤਾਂ ਕਿ ਕਿਸੇ ਤਰੀਕੇ ਦਾ ਕੌਨਫਲਿਕਟ ਨਾ ਹੋਵੇ, ਕਿਸੇ ਤਰੀਕੇ ਦਾ ਤਕਰਾਰ ਨਾ ਹੋਵੇ ਆਪਸੀ। ਬਿਲਕੁਲ ਠੀਕ ਹੈ ਜੀ, ਇਹ ਤੁਹਾਡੀ ਗੱਲ 100% ਸਹੀ ਹੈ। ਹਾਂਜੀ ਸੋ ਇਹਦੇ ਲਈ ਪਲੀਜ਼ ਜੇਕਰ ਤੁਸੀਂ ਇਹ ਉਪਰਾਲਾ ਕਰੋ ਤੇ ਅਸੀਂ ਤੁਹਾਡੇ ਬਹੁਤ ਬਹੁਤ ਧੰਨਵਾਦੀ ਹੋਵਾਂਗੇ। ਜੇਕਰ ਤੁਸੀਂ ਮੈਨੂੰ ਕੱਲ੍ਹ ਨੂੰ ਕਾਲ ਕਰੋ ਤੇ ਆਪਾਂ ਇੱਕ ਗੱਲਬਾਤ ਵੀ ਆਰੰਭ ਸਕਦੇ ਹਾਂ, ਅਸੀਂ ਤੁਹਾਡਾ ਜਿਹੜਾ ਤੁਹਾਨੂੰ ਗੁਰਦੁਆਰੇ ਦੇ ਨਾਮ ਲਾਈਏ। ਹਾਂਜੀ ਤੇ ਸੂਝਵਾਨ ਲੋਕਾਂ ਦੇ ਨਾਲ ਮਿਲਾਈਏ ਤਾਂ ਕਿ ਕਿਤੇ ਨਾ ਕਿਤੇ ਗੱਲ ਸ਼ੁਰੂ ਕੀਤੀ ਜਾ ਸਕੇ। ਜਿਹੜੀ ਇਹ ਫਿਲਮ ਰਿਲੀਜ਼ ਹੋਈ ਹੈ ਜਾਂ ਕਈ ਇਹੋ ਜਿਹੀਆਂ ਚੀਜ਼ਾਂ ਜਿਹੜੇ ਇਹੋ ਜਿਹੇ ਇਸ ਵੇਲੇ ਇਸ਼ੂ ਖੜੇ ਹੁੰਦੇ ਹਨ ਉਹ ਦੁਬਧਾ ਵਾਲੇ ਹੁੰਦੇ ਹਨ ਤੇ ਅਸੀਂ ਅਕਾਲ ਤਖ਼ਤ ਸਾਹਿਬ ਵੱਲ ਵੇਖ ਰਹੇ ਹੁੰਦੇ ਹਾਂ ਤੇ ਅਕਾਲ ਤਖ਼ਤ ਸਾਹਿਬ ਨੂੰ ਇੱਥੋਂ ਦਾ ਗਿਆਨ ਨਾ ਹੋਣ ਕਰਕੇ ਕਮੇਟੀਆਂ ਇੱਥੋਂ ਦੇ ਢਾਂਚੇ ਦਾ ਉਹ ਆਪਣੇ ਮੁਤਾਬਕ ਹੀ ਉੱਥੋਂ ਹੁਕਮ ਦੇ ਦਿੰਦੇ ਹਨ ਉਹਦੇ ਨਾਲ। ਠੀਕ ਹੈ ਜੀ, ਸਮੇਂ ਦੇ ਹਾਣੀ ਹੋਣ ਬਣਨ ਵਾਸਤੇ ਸਾਨੂੰ ਜ਼ਰੂਰੀ ਹੈ ਵੀ ਅਸੀਂ ਲੀਜਨ ਵੀ ਮੇਨਟੇਨ ਕਰ ਸਕੀਏ, ਕੋਰਸਪੋਂਡੈਂਸ ਵੀ ਪ੍ਰੋਪਰ ਹੋਵੇ, ਲੇਕਿਨ ਬੰਦੇ ਵੀ ਜਿਹਨਾਂ ਨਾਲ ਗੱਲ ਕਰਨੀ ਹੈ ਉਹ ਸਿੱਖੀ ਸਿਧਾਂਤ ਨੂੰ ਸਮਝਦੇ ਹੋਣ ਤੇ ਡਿਪੈਂਡੇਬਲ ਹੋਣ, ਐਕਸੈਪਟੇਬਲ ਹੋਣ ਪਬਲਿਕ ਦੇ। ਬ੍ਰਿਗੇਡੀਅਰ ਸਾਹਿਬ ਤੁਸੀਂ? ਹਾਂਜੀ ਕੁਲਾਲ ਸਾਹਿਬ ਸਤਿ ਸ੍ਰੀ ਅਕਾਲ। ਜਿਵੇਂ ਪੱਲੋ ਸਾਹਿਬ ਨੇ ਰਿਕੁਐਸਟ ਕੀਤੀ ਹੈ ਕਿਉਂਕਿ ਤੁਸੀਂ ਕਾਫੀ ਦੇਰ ਤੋਂ ਐਸ ਜੀ ਪੀ ਸੀ ਔਰ ਅਕਾਲ ਤਖ਼ਤ ਸਾਹਿਬ ਦੇ ਨਾਲ ਸੰਪਰਕ 'ਚ, ਤੁਸੀਂ ਕਾਫੀ ਕਿਤਾਬਾਂ ਲਿਖੀਆਂ ਉਹਨਾਂ ਦਾ ਇਹ ਸਿੱਖ ਹਿਸਟਰੀ ਨੂੰ ਲਿਖਿਆ, ਤਾਂ ਜੇ ਤੁਸੀਂ ਇਸ ਸਾਡੀ ਰਿਕੁਐਸਟ ਮੰਨ ਲਓ ਕਿਉਂਕਿ ਇਸ ਵੇਲੇ ਇਸ ਏਰੀਏ 'ਚ ਜਾਂ ਇਸ ਜੀ ਟੀ ਏ ਦੇ ਏਰੀਏ 'ਚ ਡਿਕਸ਼ੀ ਗੁਰਦੁਆਰਾ ਸਾਹਿਬ ਇਸ ਵੇਲੇ ਲੀਡਰਸ਼ਿਪ 'ਚ ਹੈ, ਉਹਨਾਂ ਦੀ ਮੈਨੇਜਮੈਂਟ ਨੂੰ ਰਿਕੁਐਸਟ ਕੀਤੀ ਜਾਵੇ ਇੱਥੋਂ ਦੇ ਸਿੱਖਾਂ ਦੀਆਂ ਭਾਵਨਾਵਾਂ ਦੀ ਇੱਕ ਵਾਰੀ ਟੈਸਟ ਕੇਸ ਹੀ ਹੋ ਜੇ ਤੁਸੀਂ ਲੈਸਨ ਕਰਕੇ ਉਹਨਾਂ ਤੋਂ ਕੋਈ ਨਾ ਕੋਈ ਰਿਸਪੋਂਸ ਤਾਂ ਆਏਗਾ ਤਾਂ ਕਿ ਅਸੀਂ ਆਪਣੀ ਸੰਗਤ ਨੂੰ ਦੱਸ ਸਕੀਏ ਕਿ ਇਹ 'ਚ ਅਸੀਂ ਬਿਗਨਿੰਗ ਸ਼ੁਰੂ ਕੀਤੀ ਹੈ। ਤੁਹਾਡੀ ਗੱਲ ਬਿਲਕੁਲ ਠੀਕ ਹੈ ਕਿ ਇਹਨੂੰ ਕਾਫੀ ਮਲ ਓਵਰ ਕਰਨਾ ਪਏਗਾ, ਸੋਚਣਾ ਪਏਗਾ ਔਰ ਟਾਈਮ ਲੱਗ ਜਾਏਗਾ, ਬਟ ਆਈਡੀਆ ਮੇਰੀਆਂ ਸਰਵਿਸਿਸ ਤੁਹਾਡੇ ਨਾਲ ਨੇ। ਸਾਨੂੰ ਲੋਕਲ ਲੈਵਲ ਦੇ ਉੱਤੇ ਜਿੰਨੇ ਮੇਜਰ ਗੁਰਦੁਆਰੇ ਨੇ ਪਹਿਲਾਂ ਉਹਨਾਂ ਦੇ ਨਾਲ ਇੱਕ ਸਿਟਿੰਗ ਕਰਕੇ ਕੰਸੈਂਸਸ ਬਣਾ ਕੇ ਉੱਪਰ ਵੀ ਤਾਲਮੇਲ ਕਰਨਾ ਚਾਹੀਦਾ, ਵੀ ਕੈਨ ਪ੍ਰਵੇਲ ਅਪੋਨ ਦੈਮ। ਇਹੋ ਜਿਹੀ ਕੋਈ ਗੱਲ ਨਹੀਂ ਹੈ ਵੀ ਸਾਨੂੰ ਕਾਮਯਾਬੀ ਨਾ ਮਿਲੇ ਜੀ। ਪ੍ਰਿੰਸੀਪਲ ਸਾਹਿਬ ਮੇਰਾ ਤੁਹਾਡੇ ਕੋਲ ਨੰਬਰ ਹੈ, ਜੇ ਕੱਲ੍ਹ ਨੂੰ ਤੁਸੀਂ ਥੋੜ੍ਹੀ ਜਿਹੀ ਖੇਚਲ ਕਰੋ ਤਾਂ ਪਲੀਜ਼ ਕਿਸੇ ਵੀ ਟਾਈਮ ਕਾਲ ਕਰੋ, ਮੈਂ ਤੁਹਾਨੂੰ ਅਤੇ ਬ੍ਰਿਗੇਡੀਅਰ ਸਾਹਿਬ ਮੈਂ ਅਤੇ ਤੁਹਾਨੂੰ ਮਿਲ ਸਕਦੇ ਹਾਂ। ਸੋ ਗੱਲ ਗਾਂਹ ਛੋਈ ਜਾ ਸਕਦੀ ਹੈ, ਵੇਖੋ ਕੁਦਰਤ ਵੱਲੋਂ ਕਿੱਡਾ ਵਧੀਆ ਸੁਭਾਵ ਬਣਿਆ ਕਿ ਤੁਸੀਂ ਸਾਡੇ ਪਾਸ ਹੋ, ਇੱਥੇ ਤੁਸੀਂ ਪ੍ਰੋਗਰਾਮ ਵੇਖ ਰਹੇ ਹੋ ਅਤੇ ਇਹ ਇੱਕ ਕੜੀ ਜੁੜ ਸਕਦੀ ਹੈ। ਨਹੀਂ ਨਹੀਂ ਬਹੁਤ ਜਿੰਨਾ ਸੀਰੀਅਸਲੀ ਤੁਸੀਂ ਲਿਆ, ਆਮ ਟੀ ਵੀ ਚੈਨਲ ਵੀ ਇੰਨਾ ਨਹੀਂ ਲੈਂਦੇ, ਇਸ ਚੀਜ਼ ਦੀ ਮੈਂ ਤੁਹਾਨੂੰ ਮੁਬਾਰਕਬਾਦ ਦਿੰਦਾ। ਇਹੋ ਜਿਹੇ ਮਸਲੇ ਦੇ ਉੱਤੇ ਬੜੀ ਡੂੰਘੀ ਅਤੇ ਠੰਡੇ ਮਤੇ ਨਾਲ ਵਿਚਾਰ ਕੀਤੇ ਜਾਣ ਦੀ ਜ਼ਰੂਰਤ ਹੈ ਅਤੇ ਇਸ ਨੂੰ ਵੱਧ ਤੋਂ ਵੱਧ ਲੋਕਾਂ ਨੂੰ ਇਨਵੋਲਵ ਕਰਕੇ, ਸੰਗਤ ਨੂੰ ਇਨਵੋਲਵ ਕਰਕੇ ਐਸ ਜੀ ਪੀ ਸੀ ਅਤੇ ਅਕਾਲ ਤਖ਼ਤ ਤੱਕ ਸਾਡੀ ਲਾਈਨ ਬਣਾਉਣੀ, ਇਟਸ ਏ ਮਸਟ ਫੋਰ ਅਸ। ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ ਜੀ, ਧੰਨਵਾਦ ਜੀ। ਇਹ ਸਾਰਾ ਸਿਹਰਾ ਮੈਂ ਸਮਝਦਾ ਕਿ ਜੇ ਜਾਏਗਾ ਤਾਂ ਬ੍ਰਿਗੇਡੀਅਰ ਸਾਹਿਬ 'ਤੇ ਜਾਏਗਾ, ਕਿਉਂਕਿ ਜਿਹੜੀ ਇਹਨਾਂ ਨੇ ਅੱਜ ਮੇਰੇ ਨਾਲ ਇਹ ਗੱਲ ਕੀਤੀ ਅਤੇ ਅੱਜ ਹੀ ਅਸੀਂ ਇਹ ਇਸ਼ੂ ਨੂੰ ਲੈ ਕੇ ਡਿਸਕਸ ਕਰਨ ਲੱਗ ਪਏ ਹਾਂ। ਸੋ ਇਸ ਵੇਲੇ ਮੈਂ ਸਮਝਦਾ ਕਿ ਸਾਨੂੰ ਜ਼ਰੂਰਤ ਹੈ ਇਹ, ਕਿਉਂਕਿ ਜੇਕਰ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਇਹੋ ਜਿਹੀ ਕਮੇਟੀ ਨਹੀਂ ਬਣਾਉਂਦੇ ਤਾਂ ਸਾਡਾ ਤਾਲਮੇਲ ਜਿਹੜਾ ਬਹੁਤ ਘੱਟ ਜਾਵੇਗਾ ਜੀ।
आपसी तालमेल बनाई रखना बहुत जरूरी है। तो अकाल तख्त साहब के हुक्म थले उतों की जी रहनुमाई थले सुर सागर। हेलो जी 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 सत श्री अकाल जी, की कहना चाहते हो? पन्नू जी मैं जरा पिछले सब्जेक्ट जाना चाहना वा जी, ये जेडे तुसी कहंदे हो कि भई आस्ट्रेलिया कैनेडा अमेरिका यूके इन्हां दी अपनी कमेटियां होण ते बहुत चंगी गल है जी, लेकिन साडी जेडी फाउंडेशन जेडी हैगी आ ओ अकाल तख्त ही हैगा ते ओ जेड़ा अकाल तख्त दा जेड़ा भी हुक्म जो कुछ भी हुंदा हैगा उत्थे दे जेडे बुद्धिजीवी हैगे आ ओ अपनी बुद्धि दे हिसाब नाल नहीं देंदे, उत्थे दे जेडे पॉलिटिशियन हैगे आ उन्हां दे अंडर आके करदे आ ते जदों तक बाहरों उन्हां दे उपर प्रेशर नहीं जाएगा ओ उदों तक जेड़ा हैगा इह सुधार नहीं होना हैगा और बाहर जिहड़ियां कमेटियां जिहड़ियां तुसीं बनाना चाहते हो इह एक चंगा सुझाव हैगा। धन्यवाद जी। मैनूं जापदा कि ब्रिगेडियर साहब जेकर अकाल तख्त साहब दे जथेदार भी मैनू जापदा कि वह डिसीजन लैना चाहते हुए भी पोलीटिकल प्रैशर होने करके नहीं लै सकते तो जदों उन्हां कोल एक बराबर पैरल बाहरले सिख होणगे शायद वह उन्हां दी जिहड़ी पोलीटिकल प्रैशर की ना मानते हुए वह राइट डिसीजन दे सकन। बिल्कुल ठीक है, क्योंकि उन्हां नूं सपोर्ट जे इत्थों की जांदी है तो वह पॉलिटिशियन भी कह सकते भी देखो जी हाँ जी बाहर के जिहड़े सिख है इंडिपेंडेंटली सोच दे नाल आ सुझाव दे रहे हैं, क्योंकि भारत का जिहड़ा कोई सिख है वह इन्ना इहो जे कम्मां डिसीजन दे विच नहीं पार्टीसिपेट करता, ये आपां नूं मन्ना पऊगा कि चंद लोग हुंदे हन जो डिसीजन लैके वह थोप देंदे हन ते संगत उदां जां आम पिंडां दे लोग उदां स्वीकार कर लग पैंदे हन, बाद दे विच उह कहिंदे हन कि इह गलत है लेकिन उदों शुरुआत दे विच ही जेकर नत्थ पाई जावे कि आ गलत डिसीजन आ जी इह कौम दे लई खतरनाक आ जी असीं नहीं मन्नना असीं नहीं ये इशू करना ते हो सकदा पोलीटिशियन भी उस प्रैशर थले आ के पिछे हट जाण। सुर सागर जिहड़ी श्रोमणी कमेटी आ ओह इह चाहुंदी कि साडा संसार भर दे गुरद्वारियां दे उपर प्रभाव साडा पैदा हो सके ते असीं सब नूं अपने डंडे नाल चलाईए। अच्छा जिहड़े इत्थे जदों सरबत खालसा होया सी ना 2015 दे विच ਉਦੋਂ ਇੱਥੋਂ ਨਾਰਥ ਅਮਰੀਕਾ ਦੇ ਜਿਹੜੇ ਬਾਹਰਲੇ ਸਿੱਖ ਆ ਜਿਹੜੇ ਬਾਹਰਲੇ ਕਹਿੰਦੇ ਮਤਲਬ ਐਕਟਿਵ ਗਰੁੱਪਸ ਨੇ ਸਰਗਰਮ ਲੋਕ ਨੇ ਉਹ ਇਹ ਚਾਹੁੰਦੇ ਨੇ ਕਿ ਅਸੀਂ ਅਕਾਲ ਤਖ਼ਤ ਤੇ ਕਬਜ਼ਾ ਕਰ ਲਈਏ, ਅਸੀਂ ਅਕਾਲ ਤਖ਼ਤ ਨੂੰ ਸ਼੍ਰੋਮਣੀ ਕਮੇਟੀ ਦੇ ਵਿੱਚੋਂ ਮੱਖਣ ਚੋਂ ਵਾਵਣ ਨੂੰ ਬਾਹਰ ਕੱਢ ਕੇ ਤੇ ਉਹਦੇ ਤੇ ਕਬਜ਼ਾ ਕਰਕੇ ਤੇ ਉੱਥੇ ਦੇ ਸਾਰੇ ਸਿਸਟਮ ਨੂੰ ਬਾਹਰਲੇ ਡੰਡੇ ਨਾਲ ਚਲਾਈਏ। ਅਸਲ 'ਚ ਗੱਲ ਇੱਦਾਂ ਵੀ ਅਕਾਲ ਤਖ਼ਤ ਜਿਹੜਾ ਹੈਗਾ ਜਾਂ ਜੋ ਵੀ ਕੋਈ ਸ਼੍ਰੋਮਣੀ ਕਮੇਟੀ ਆ ਉਹ ਜਿਹੜਾ ਗੁਰਦੁਆਰਾ ਐਕਟ ਆ ਉਹਦੀ ਜਦ ਥੱਲੇ ਆ, ਉਹਦੇ ਤੋਂ ਬਾਹਰ ਉਹ ਕੁਛ ਨਹੀਂ ਹੈ। ਬਾਹਰਲਾ ਮੁਲਕ ਦਾ ਕੋਈ ਵੀ ਵਸਿੰਦਾ ਉਸ 'ਚ ਦਖਲ ਨਹੀਂ ਦੇ ਸਕਦਾ ਤੇ ਉੱਥੇ ਵਾਲੇ ਜਿਹੜੇ ਹੈਗੇ ਬਾਹਰਲੇ ਕਿਸੇ ਸਿਸਟਮ 'ਚ ਦਖਲ ਨਹੀਂ ਦੇ ਸਕਦੇ। ਇਸੇ ਚੀਜ਼ ਦੇ ਮੱਦੇਨਜ਼ਰ ਰੱਖਦੇ ਆ ਇੱਥੇ ਬੁਲਾ ਗਿਆ ਸੀਗਾ ਅਕਾਲ ਤਖ਼ਤ ਦੇ ਜਥੇਦਾਰ ਭਾਈ ਮਨਜੀਤ ਸਿੰਘ ਨੂੰ ਕਿ ਇਹਦੇ ਬਾਰੇ ਵਿਚਾਰ ਵਟਾਂਦਰਾ ਕੀਤਾ ਜਾਵੇ, ਇੱਥੋਂ ਦੀਆਂ ਗੁਰਦੁਆਰਾ ਕਮੇਟੀਆਂ ਨੇ ਉਹਨੂੰ ਏਅਰਪੋਰਟ ਤੋਂ ਰਿਸੀਵ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਟਰੰਟੋ ਏਅਰਪੋਰਟ ਗੁਰਦੁਆਰਾ ਟਰੰਟੋ ਉਹਨਾਂ ਨੇ ਆਉਣਾ ਸੀ ਪਰ ਉਹ ਟਰੰਟੋ ਦੇ ਆਪਣੇ ਏਅਰਪੋਰਟ ਤੋਂ ਸਿੱਧੇ ਅਮਰੀਕਾ ਚਲੇ ਗਏ। ਹਜ਼ਾਰਾ ਸਿੰਘ ਜੀ ਇਹ ਜਿਹੜਾ ਪਾਸ ਦੇ ਵਿੱਚ ਹੋਇਆ ਉਹਨੂੰ ਨਾ ਤੇ ਆਪਾਂ ਕੁਝ ਕਰ ਸਕਦੇ ਆ ਕਿਉਂਕਿ ਟਾਈਮ ਚਲੇ ਗਿਆ। ਸਾਨੂੰ ਜ਼ਰੂਰਤ ਹੈ ਹਜ਼ਾਰਾ ਸਿੰਘ ਜੀ ਅਕਾਲ ਤਖ਼ਤ ਤੇ ਸ਼੍ਰੋਮਣੀ ਕਮੇਟੀ ਤੇ ਉਹਨਾਂ ਤੇ ਹਾਈ ਕੋਰਟ ਦੇ ਵਿੱਚ ਕੇਸ ਕੀਤਾ ਹੋਇਆ ਵੀ ਭਾਈ ਬੰਦੇ ਬਣ ਕੇ ਬਹਿ ਜਾਓ, ਤੁਹਾਨੂੰ ਕੋਈ ਹੱਕ ਨਹੀਂ ਹੈ ਕਿ ਤੁਸੀਂ ਲੋਕਾਂ ਦੇ ਮਸਲਿਆਂ ਵਿੱਚ ਦਖਲ ਦੇਵੋ। ਤੁਸੀਂ ਕਹਿਣ ਦਾ ਮਤਲਬ ਤੁਹਾਡੀ ਔਕਾਤ ਜਿਹੜੀ ਹੈਗੀ ਆ ਉਹ ਨਾ ਤਾਂ ਗੁਰਦੁਆਰਾ ਐਕਟ ਦੇ ਮੁਤਾਬਕ ਆ ਨਾ ਸਿਧਾਂਤ ਦੇ ਮੁਤਾਬਕ ਆ, ਤੁਹਾਨੂੰ ਕਿਸੇ 'ਚ ਦਖਲ ਅੰਦਾਜ਼ੀ ਦੇਣ ਦਾ ਕੋਈ ਮਸਲਾ ਨਹੀਂ ਵੀ ਕੋਈ ਆਹ ਬੰਦੇ ਨੇ ਆਹ ਖਾ ਲਿਆ ਤੇ ਇਹਨੂੰ ਹਜ਼ਾਰਾ ਸਿੰਘ ਜੀ ਕਰ ਲਿਆ ਤੇ ਇਹਨੂੰ ਕਰ ਦਿਓ। ਹਜ਼ਾਰਾ ਸਿੰਘ ਜੀ ਅੱਛਾ ਦੂਜੀ ਗੱਲ ਹਜ਼ਾਰਾ ਸਿੰਘ ਜੀ ਜਿਹੜੇ ਵੀ ਅਧਿਕਾਰ ਜਿਹੜਾ ਵੀ ਉਹ ਅਧਿਕਾਰ ਕਰਨ ਆਪਣੇ ਐਗਜ਼ਰਟ ਕਰਨ ਦੀ ਕੋਸ਼ਿਸ਼ ਕਰਦੇ ਨੇ ਲਾਗੂ ਕਰਨ ਦੀ ਕੋਸ਼ਿਸ਼ ਉਹਨਾਂ ਦੇ ਆਪਣੇ ਤਾਂ ਪੈਰ ਬਿਲਕੁਲ ਹੈ ਹੀ ਨਹੀਂ ਤੇ ਬਾਹਰਲੇ ਲੋਕ ਜਿਹੜੇ ਹੈਗੇ ਕਿਸੇ ਵੀ ਵਿਧਾਨ ਦੇ ਰਾਹੀਂ ਹਿੰਦੁਸਤਾਨ ਦੇ ਵਿਧਾਨ ਦੇ ਵਿੱਚ ਦਖਲ ਅੰਦਾਜ਼ੀ ਨਹੀਂ ਕਰ ਸਕਦੇ। ਧੰਨਵਾਦ ਜੀ, ਗੱਲ ਜਿਹੜੀ ਖਾਮ ਚੱਲ ਰਹੀ ਆ ਇਹ ਨਹੀਂ ਹੋਣੀ, ਇਹ ਉਸ ਦਿਨ ਹੋਏਗਾ
ਜਿੱਦਣ ਸਿੱਖਾਂ ਦਾ ਇੱਕ ਖਾਲਿਸਤਾਨ ਸਿੱਖਸਤਾਨ ਜੋ ਮਰਜ਼ੀ ਕਹਿਣਾ ਮਤਲਬ ਕਹਿ ਲਓ ਉਹਨਾਂ ਦੀ ਇੱਕ ਸੈਪਰੇਟ ਸਟੇਟ ਹੋਈ ਤੇ ਉਹ ਖੋਲ ਦੇਣ ਵੀ ਲਓ ਜੀ ਆਓ ਜੋ ਮਰਜ਼ੀ ਇੱਥੇ ਕਹਿਣਾ ਮਤਲਬ ਆਹ ਬਣਾ ਲਈ ਇਹਦੇ ਨਾਲ ਪੈਰਲਲ ਹੋਰ ਬਣ ਰਹੀਆਂ ਜੀ ਵਰਡ ਸਿੱਖ ਕੌਂਸਲ ਪਹਿਲਾਂ ਫੇਲ ਹੋਈ ਫਿਰ ਵਰਡ ਪ੍ਰੋਫੈਸਰ ਦਰਸ਼ ਸਿੰਘ ਆਪਣੇ ਵਰਡ ਸਿੱਖ ਪਾਰਲੀਮੈਂਟ ਉਹ ਹੁਣ ਇੱਕ ਨਵੀਂ ਜਥੇਦਾਰ ਹਵਾਰਾ ਦੇ ਤਹਿਤ ਜਿਹਨਾਂ ਦੀ ਅਮਰੀਕਾ ਚ ਮੀਟਿੰਗ ਹੋਈ ਹੈ ਵਰਡ ਸਿੱਖ ਪਾਰਲੀਮੈਂਟ ਉਹ ਕਹਿਣਾ ਮਤਲਬ ਹਜ਼ਾਰਾ ਸਿੰਘ ਜੀ ਹਾਂਜੀ ਹਾਂਜੀ ਹਜ਼ਾਰਾ ਸਿੰਘ ਜੀ ਤੁਸੀਂ ਮੇਰੀ ਗੱਲ ਸੁਣੋ ਜਿਹੜੀ ਮੈਂ ਤੁਹਾਨੂੰ ਵਾਰ ਵਾਰ ਹੱਥ ਜੋੜ ਕੇ ਬੇਨਤੀ ਕਰਦਾ ਜਿਹੜਾ ਪਾਸਟ ਆ ਉਹਨੂੰ ਆਪਾਂ ਕੁਝ ਨਹੀਂ ਕਰ ਸਕਦੇ ਜੀ ਓਕੇ ਜੀ ਜੇਕਰ ਆਪਾਂ ਫਿਊਚਰ ਨੂੰ ਵਧੀਆ ਬਣਾਉਣਾ ਤੇ ਆਪਾਂ ਨੂੰ ਪ੍ਰੈਜ਼ੈਂਟ 'ਚ ਰਹਿੰਦੇ ਹੋਏ ਸੋਹਣੇ ਡਿਸੀਜ਼ਨ ਲੈਣੇ ਪੈਣਗੇ ਸੋ ਜਿਹੜਾ ਇਸ ਵੇਲੇ ਜਿਹੜਾ ਪੁਰਾਣਾ ਢਾਂਚਾ ਹੈ ਉਹ ਆਪਾਂ ਨੂੰ ਅਬੋਲਿਸ਼ ਕਰਨਾ ਪਵੇਗਾ ਨਵਾਂ ਅਖਤਿਆਰ ਕਰਨਾ ਪਵੇਗਾ ਕਿਉਂਕਿ ਹੁਣ ਸਾਡੀਆਂ ਜਿਹੜੀਆਂ ਬਾਹਾਂ ਵਾ ਇਕੱਲਾ ਪੰਜਾਬ ਨਹੀਂ ਗਾ ਇਕੱਲਾ ਇੰਡੀਆ ਨਹੀਂ ਗਾ ਅਸੀਂ ਬਾਹਰ ਤੀਕ ਫੈਲ ਚੁੱਕੇ ਹਾਂ ਸੋ ਸਮੇਂ ਦੇ ਅਨੁਕੂਲ ਸਾਨੂੰ ਹਰ ਇੱਕ ਤਬਦੀਲੀ ਦੀ ਜ਼ਰੂਰਤ ਹੈ ਤੁਸੀਂ ਪਤਾ ਨਹੀਂ ਗਾ ਕਿਹੜੀਆਂ ਸਦੀਆਂ ਦੀਆਂ ਪੁਰਾਣੀਆਂ ਗੱਲਾਂ ਲੈ ਕੇ ਬੈਠੇ ਹੋ ਆਪਾਂ ਨੂੰ ਜ਼ਰੂਰਤ ਹੈ ਨਵਾਂ ਕੁਝ ਸੋਚਣ ਦੀ ਨਵਾਂ ਕਰਨ ਦੀ ਜਿਹੜਾ ਹੋ ਚੁੱਕਾ ਵਾ ਹੋ ਚੁੱਕਾ ਉਹਨੂੰ ਕੁਝ ਨਹੀਂ ਕੀਤਾ ਜਾ ਸਕਦਾ ਸੋ ਆਪ ਜੀ ਨੂੰ ਬੇਨਤੀ ਹੈ ਕਿ ਪੁਰਾਣੀਆਂ ਗੱਲਾਂ ਨੂੰ ਆਪਾਂ ਮਿੱਟੀ ਪਾਉਂਦੇ ਹੋਏ ਨਵਾਂ ਕੋਈ ਨਾ ਕੋਈ ਰਾਹ ਲੱਭੀਏ ਰਿਵਾਈਜ਼ਡ ਪਾਲਿਸੀ ਲੈ ਕੇ ਆਈਏ ਬਾਹਰਲੇ ਦੇਸ਼ਾਂ 'ਚ ਬੈਠੇ ਹੋਏ ਸਿੱਖਾਂ ਨੂੰ ਪੂਰਾ ਅਧਿਕਾਰ ਹੋਵੇ ਕਿ ਅਕਾਲ ਤਖਤ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਯੋਗਦਾਨ ਪਾਇਆ ਜਾ ਸਕੇ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਜੀ ਲਓ ਨੈਕਸਟ ਕਾਲ 'ਤੇ ਚੱਲਦੇ ਹਾਂ ਸੁਰ ਸਾਗਰ ਜੀ ਹਾਂਜੀ ਸਤਿ ਸ਼੍ਰੀ ਅਕਾਲ ਪੰਨੂ ਸਾਹਿਬ ਮੈਂ ਦੂਸਰੇ ਵਿਸ਼ੇ 'ਤੇ ਬੋਲੂੰਗਾ ਔਰ ਵਿਸ਼ੇ ਤੋਂ ਬਾਹਰ ਨਹੀਂ ਜਾਊਂਗਾ ਪਲੀਜ਼ ਪੰਨੂ ਸਾਹਿਬ 8 ਸਾਲ ਦੀ ਬੱਚੀ ਨਾਲ ਜੋ ਹੋਇਆ ਨਾ ਜੀ ਉਹ ਬੱਚੀ ਸਾਡੀ ਸਾਰਿਆਂ ਦੀ ਹੈ ਅਸੀਂ ਇਹ ਨਹੀਂ ਵੇਖਣਾ ਚਾਹੀਦਾ ਕਿ ਉਹ ਮੁਸਲਮਾਨ ਆ ਜਾਂ ਹਿੰਦੂ ਆ ਜਾਂ ਕ੍ਰਿਸਚਨ ਆ ਜਾਂ ਸਿੱਖ ਹੈ ਉੱਥੇ ਇਸ ਵੇਲੇ ਤੁਸੀਂ ਇਹ ਵੇਖ ਲਓ ਜਦੋਂ ਇੱਕ ਐਮ ਐਲ ਏ ਦਾ ਭਰਾ ਆਹ ਕੁਝ ਕਰ ਰਿਹਾ ਹੈ ਅਸੀਂ ਕੱਲ੍ਹ ਦੇ ਸੁਣ ਰਹੇ ਹਾਂ ਇਹਦੇ ਵਿੱਚ 7 ਜਾਣੇ ਇਨਵਾਲਵ ਹੈਗੇ ਆ ਹੁਣ ਸਰਕਾਰ ਸੋਚ ਰਹੀ ਹੈ ਕੱਲ੍ਹ ਦੀ ਕਿ 12 ਸਾਲ ਤੋਂ ਹਲੇ ਜਿਹੜਾ ਵੀ ਕੋਈ ਕਰੂ ਉਹਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਊਗੀ ਔਰ ਬਾਕੀਆਂ ਨੂੰ ਉਮਰ ਕੈਦ ਹੁਣ ਤਾਂ ਜਿਸ ਤਰ੍ਹਾਂ ਦ੍ਰੋਪਦੀ ਦੇ ਆਪਣੇ ਅਚੀਰ ਸੀ ਸ੍ਰੀ ਕ੍ਰਿਸ਼ਨ ਭਗਵਾਨ ਨੇ ਸਭਾ ਦੇ ਵਿੱਚ ਬਚਾਇਆ ਸੀ ਇਸੇ ਤਰ੍ਹਾਂ ਕੋਈ ਕ੍ਰਿਸ਼ਨ ਭਗਵਾਨ ਆ ਜੇ ਤੇ ਭਾਵਾਂ ਸੁਧਾਰ ਹੋ ਜੇ ਨਹੀਂ ਹੋਈ ਸਰ ਦੇਖੋ ਆਪਣੀ ਗੁਰਬਾਣੀ ਕੀ ਕਹਿੰਦੀ ਹੈ ਇਸ ਕਲਯੁੱਗ ਵਿੱਚ ਧਰਮ ਕਰਮ ਨਾ ਕੋਈ ਕਲੀ ਕਾ ਜਨਮ ਚੰਡਾਲ ਕੇ ਕਹੇ ਦੂਜਾ ਦੇਖ ਪਰਾਈਆਂ ਚੰਗੀਆਂ ਮਾਵਾਂ ਧੀਆਂ ਭੈਣਾਂ ਜਾਣ ਸਾਡੀ ਗੁਰਬਾਣੀ ਤਾਂ ਆਹ ਕਹਿੰਦੀ ਹੈ ਆਹ ਕੁਛ ਉੱਥੇ ਹੋ ਰਿਹਾ ਆਪਾਂ ਉਹਦੇ ਵਿੱਚ ਕੁਛ ਵੀ ਨਹੀਂ ਕਰ ਸਕਦੇ ਸਤਿ ਸ਼੍ਰੀ ਅਕਾਲ ਧੰਨਵਾਦ ਜੀ ਬਹੁਤ ਮਿਹਰਬਾਨੀ ਜੀ ਨਹੀਂ ਜੀ ਬਹੁਤ ਕੁਝ ਕੀਤਾ ਜਾ ਸਕਦਾ ਆਵਾਜ਼ ਬਣ ਸਕਦੇ ਹਾਂ ਨਵੀਂ ਸੋਚ ਡਿਵੈਲਪ ਕਰ ਸਕਦੇ ਹਾਂ ਇੱਥੇ ਨਾ ਕੋਈ ਇਹੋ ਜਿਹੀ ਗੱਲਬਾਤ ਹੋਵੇ ਉਹਨੂੰ ਰੋਕਿਆ ਜਾ ਸਕਦਾ ਹੈ ਹਰ ਇੱਕ ਪਲ ਆਪਾਂ ਕੋਈ ਨਾ ਕੋਈ ਕੰਮ ਕਰਦੇ ਰਵਾਂਗੇ ਅਤੇ ਇਵੈਂਚੁਅਲੀ ਸਮਾਜ ਲਈ ਕੁਝ ਵਧੀਆ ਸਿਰਜਾਂਗੇ ਨਾ ਕੁਝ ਕਰਨਾ ਮੈਂ ਨਹੀਂ ਸਮਝਦਾ ਕਿ ਇਹ ਆਪਾਂ ਗੁਰੂ ਦੇ ਸੰਦੇਸ਼ 'ਤੇ ਪਹਿਰਾ ਦੇ ਰਹੇ ਹਾਂ ਆਪਾਂ ਨੂੰ ਕੁਝ ਨਾ ਕੁਝ ਮੂਵਮੈਂਟ ਕਰਦੇ ਹੀ ਰਹਿਣਾ ਪਵੇਗਾ ਜਿੱਥੇ ਜੇ ਪਾਣੀ ਇੱਕ ਥਾਂ 'ਤੇ ਰੁਕ ਜਾਂਦਾ ਹੈ ਇਹ ਤਾਂ ਆਮ ਹੀ ਤੁਸੀਂ ਸੁਣਿਆ ਹੋਵੇਗਾ ਕਈਆਂ ਦੇ ਕੋਲੋਂ ਕਿ ਉਹ ਬਦਬੋ ਮਾਰਨ ਲੱਗ ਪੈਂਦਾ ਇਸ ਵੇਲੇ ਜ਼ਰੂਰਤ ਹੈ ਆਪਾਂ ਨੂੰ ਭਵਿੱਖ ਨੂੰ ਸੋਹਣਾ ਸਿਰਜਣ ਵਾਸਤੇ ਪ੍ਰੈਜ਼ੈਂਟ 'ਚ ਰਹਿ ਕੇ ਆਪਾਂ ਵਧੀਆ ਵਧੀਆ ਵਿਉਂਤਬੰਦੀਆਂ ਕਰੀਏ ਅਤੇ ਸਮਾਂ ਜਿਹੜਾ ਵਾ ਹੁਣ ਉਹ ਨਹੀਂ ਰਿਹਾ ਇਸ ਵੇਲੇ ਕੰਪਿਊਟਰ ਯੁੱਗ ਹੈ ਸੈਟੇਲਾਈਟ ਯੁੱਗ ਹੈ ਭਵਿੱਖ ਇਸ ਵੇਲੇ ਆਪਾਂ ਗਲੈਕਸੀ ਦੀ ਗੱਲ ਕਰ ਰਹੇ ਹਾਂ ਅਤੇ ਅਸੀਂ ਜਿਹੜੀ ਪੁਰਾਣੀ ਸੋਚ ਜਿਹੜੀ ਕਿ ਸਦੀਆਂ ਪੁਰਾਣੀ ਹੈ ਉਹਦੇ 'ਤੇ ਅਸੀਂ ਕਹਿੰਦੇ ਹਾਂ ਵੀ ਇਹ ਹੋ ਹੀ ਨਹੀਂ ਸਕਦਾ ਕਿਉਂ ਨਹੀਂ ਹੋ ਸਕਦਾ ਸਾਰਾ ਕੁਝ ਮੁਮਕਿਨ ਹੈ ਸੁਰ ਸਾਗਰ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਸੁਖਮਿੰਦਰ ਸਿੰਘ ਬੋਲਦਾ ਜੀ ਜੀ ਸੁਖਮਿੰਦਰ ਸਿੰਘ ਜੀ ਮੈਂ ਕਈ ਥੋੜ੍ਹਾ ਥੋੜ੍ਹਾ ਮੈਂ ਸਾਰੇ ਪਾਸੇ ਟੱਚ ਕਰੂੰਗਾ ਮੈਂ ਇੱਕ ਤਾਂ ਹਜ਼ਾਰਾ ਸਿੰਘ ਜੀ ਨੂੰ ਬੇਨਤੀ ਕਰੂੰਗਾ ਕਿ ਉਹ ਆਪ ਹੀ ਬੋਲੀ ਜਾ ਰਹੇ ਸੀ ਦੂਸਰੇ ਨੂੰ ਵੀ ਸੁਣ ਲੈਣਾ ਚਾਹੀਦਾ ਹਜ਼ਾਰਾ ਸਾਹਿਬ ਜੀ ਮੈਂ ਤੁਹਾਨੂੰ ਕਾਫੀ ਵਾਰ ਸੁਣਿਆ ਇੰਨੀ ਕੁ ਬੇਨਤੀ ਆ ਬਾਕੀ ਜਿਹੜੀ ਜੀ ਤੁਸੀਂ ਗੱਲ ਕਰ ਰਹੇ ਹੋ ਵੀ ਸਾਰਾ ਕੁਝ ਹੋ ਸਕਦਾ ਜੇ ਗੁਰੂ ਨਾਨਕ ਦੇਵ ਜੀ ਦੀ ਸੋਚ ਨੂੰ ਲੈ ਕੇ ਅਸੀਂ ਵਿਚਾਰੀਏ ਨਹੀਂ ਤਾਂ ਉਹ ਵੀ ਕਹਿ ਸਕਦੇ ਸੀ ਵੀ ਕੁਛ ਨਹੀਂ ਹੋ ਸਕਦਾ ਸਾਨੂੰ ਲੋੜ ਹੈਗੀ ਹੈ ਸਾਡੀ ਜਿਹੜੀ ਸ਼੍ਰੋਮਣੀ ਕਮੇਟੀ ਆ ਅਤੇ ਜਿਹੜਾ ਸਾਡੇ ਅਕਾਲ ਤਖ਼ਤ ਦੇ ਜਥੇਦਾਰ ਨੇ ਉੱਥੇ ਸਾਨੂੰ ਕੋਈ ਇਹੋ ਜਿਹਾ ਮਾਹੌਲ ਬਣਾਉਣਾ ਪਊਗਾ ਜਿਹੜੇ ਸਾਡੇ ਉਹ ਬੈਠੇ ਨੇ ਨਾ ਹੁਣ ਉਥੋਂ ਉਹਨਾਂ ਕੁਰਸੀਆਂ 'ਤੇ
ਉਹਨੂੰ ਕੁਛ ਚੇਂਜ ਕਰਨਾ ਪਊਗਾ। ਜਦੋਂ ਉਹ ਚੇਂਜ ਹੋ ਜਾਏਗਾ ਤਾਂ ਅਸੀਂ ਬਾਕੀ ਸਾਰਾ ਕੁਛ ਹਜ਼ਾਰਾ ਸਿੰਘ ਜੀ ਠੀਕ ਹੋ ਸਕਦਾ ਵਾ। ਠੀਕ ਹੈ, ਦੂਜਾ ਸਾਨੂੰ ਇਹ ਸਾਨੂੰ ਵਿਚਾਰ ਕਰਨੀ ਪਊ ਗੁਰਬਾਣੀ ਦੇ ਆਧਾਰ 'ਤੇ। ਅਸੀਂ ਬਹੁਤ ਜਥੇਬੰਦੀਆਂ ਸਾਡੀ ਕੌਮ ਵਿੱਚ ਹੈਗੀਆਂ ਨੇ ਜਿਹੜੀਆਂ ਕਿ ਉਹ ਕਲੇਮ ਤਾਂ ਬਹੁਤ ਕੁਛ ਕਰਦੀਆਂ ਨੇ ਪਰ ਉਹ ਗੁਰਬਾਣੀ ਤੋਂ ਥੋੜ੍ਹਾ ਜਿਹਾ ਪਾਸੇ ਨੂੰ ਹੋ ਕੇ ਚੱਲ ਰਹੇ ਨੇ, ਆਪੋ ਆਪਣਾ ਕੰਮ ਆਪੋ ਆਪਣਾ ਜਾਣੀ ਉੱਲੂ ਸਿੱਧਾ ਕਰਦੇ ਨੇ। ਠੀਕ ਹੈ ਜੀ। ਬਾਕੀ ਰਹੀ ਗੱਲ ਮੈਂ ਜਿਹੜੇ ਇੰਨੇ ਉੱਥੇ ਸਾਡੇ ਲੀਡਰ ਨੇ ਅਕਾਲ ਤਖ਼ਤ ਦੇ ਜਥੇਦਾਰ ਨੇ ਭਾਈ ਸਾਹਿਬ ਜਿਹੜੇ ਪਿਛਲੇ ਬੋਲ ਕੇ ਗਏ ਨੇ, ਬਹੁਤ ਸੋਹਣਾ ਕਿਹਾ ਉਹਨਾਂ ਨੇ ਬਈ ਵੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੇ ਸਾਡੇ ਜਿਹੜੇ ਜਥੇਦਾਰ ਇੰਨੇ ਨੇ ਉੱਥੇ, ਨਿਹੰਗ ਸਿੰਘ ਨੇ, ਹੋਰ ਇੰਨੇ ਨੇ, ਧੁੰਮੇ ਹੋਣੀ ਨੇ, ਦਮਦਮੀ ਟਕਸਾਲ ਆ, ਜਥੇਦਾਰ ਨੇ, ਇਹ ਕਿਉਂ ਨੀ ਲੀਡਿੰਗ ਰੋਲ ਕਰਦੇ ਕਿ ਇਹ ਬੱਚਿਆਂ ਨਾਲ ਆਹ ਕੁਛ ਹੋ ਰਿਹਾ? ਉਹ ਸਾਡੀਆਂ ਬੱਚੀਆਂ ਸਾਰਿਆਂ ਦੀਆਂ ਸਾਂਝੀਆਂ ਨੇ, ਸਾਨੂੰ ਤਾਂ ਸ਼ੇਮ ਹੋਣਾ ਚਾਹੀਦਾ ਡੁੱਬ ਕੇ, ਡੁੱਬਣ ਨੂੰ ਵੀ ਸਾਨੂੰ ਤਾਂ ਜਗ੍ਹਾ ਨੀ ਮੇਰੇ ਖਿਆਲ ਵਿੱਚ ਹੈਗੀ, ਕਿਉਂਕਿ ਹਿੰਦੁਸਤਾਨ ਸਭ ਤੋਂ ਜ਼ਿਆਦਾ ਰਿਲੀਜੀਅਸ ਕਹਾਉਂਦਾ ਵਾ। ਓਕੇ, ਅਤੇ ਪਰ ਉਸੇ ਮੁਲਕ ਦੇ ਵਿੱਚ ਇੰਨਾ ਇੰਨੀ ਅਸੀਂ ਗਿਰਾਵਟ ਵਿੱਚ ਚਲੇ ਗਏ ਹਾਂ, ਸਾਨੂੰ ਕਿਸੇ ਨੂੰ ਸ਼ਰਮ ਨਹੀਂ ਆਉਂਦੀ, ਇੱਥੇ ਦੇ ਜਥੇਦਾਰਾਂ ਨੂੰ ਨਹੀਂ ਆਉਂਦੀ, ਇੱਥੇ ਦੇ ਜਥੇਬੰਦੀਆਂ ਨੂੰ, ਕਮੇਟੀਆਂ ਨੂੰ ਨਹੀਂ ਆਉਂਦੀ, ਕੋਈ ਵੀ ਸਾਡੀ ਕੌਮ ਦੇ ਵਿੱਚ ਕੋਈ ਇਹੋ ਜਿਹਾ ਅਣਖੀਲਾ ਜੋਰਾ ਹੀ ਹੈ ਨਹੀਂ ਅੱਜ। ਮੈਂ ਤਾਂ ਹੈਰਾਨ ਹੋ ਰਿਹਾ ਇਸ ਗੱਲ ਤੋਂ। ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ ਜੀ। ਮੈਂ ਤਾਂ ਇਹ ਕਹਿੰਦਾ ਜੀ ਬੱਚੀਆਂ ਅੰਮ੍ਰਿਤ ਛਕਣ, ਜੇ ਅੰਮ੍ਰਿਤ ਨਹੀਂ ਵੀ ਛਕਣਾ ਤਾਂ ਆਪਣੇ ਜਿਹੜੇ ਵੀ ਉਹਨਾਂ ਦੇ ਕੋਲ ਹੁੰਦੇ ਆ ਜੀ ਬੈਗ, ਹਾਂਜੀ ਪਰਸਸ, ਉਹਨਾਂ ਦੇ ਵਿੱਚ ਜ਼ਰੂਰ ਕੋਈ ਨਾ ਕੋਈ ਹਥਿਆਰ ਰੱਖਣ, ਕੋਈ ਨਾ ਕੋਈ ਚਾਕੂ, ਕੋਈ ਨਾ ਕੋਈ ਇਹੋ ਜਿਹਾ ਛੁਰੀ ਜ਼ਰੂਰ ਰੱਖਣ। ਜਿਹੜਾ ਵੀ ਕੋਈ ਇਹੋ ਜਿਹਾ ਗਲਤ ਅਨਸਰ ਬੱਚੀ ਵੱਲ ਵੇਖਦਾ ਵਾ, ਫਿਰ ਵੇਖੀ ਜਾਊਗਾ ਕੀ ਹੋਣਾ ਵਾ, ਬਾਅਦ ਦੀ ਗੱਲ ਆ ਕੀ ਹੋਣਾ ਵਾ, ਪਹਿਲਾਂ ਆਪਣੀ ਇੱਜ਼ਤ 'ਤੇ ਬਚਾਉਣ। ਸੋ ਮੈਂ ਸਮਝਦਾ ਕਿ ਪਹਿਲੀ ਤਾਂ ਗੱਲ ਅੰਮ੍ਰਿਤ ਛਕਣ, ਜੇ ਅੰਮ੍ਰਿਤ ਨਹੀਂ ਛਕਣਾ ਤਾਂ ਫਿਰ ਕੋਈ ਨਾ ਕੋਈ ਇਹੋ ਜਿਹਾ ਆਪਣੇ ਪਰਸ ਦੇ ਵਿੱਚ ਹਥਿਆਰ ਰੱਖਣ, ਤਾਂ ਕਿ ਉਸੇ ਵੇਲੇ ਉਹ ਬੰਦੇ ਦੀ ਜਿਹੜੀ ਆ ਭੁਗਤ ਸਵਾਰੀ ਜਾ ਸਕੇ। ਅਤੇ ਲਓ ਨੈਕਸਟ ਕਾਲ 'ਤੇ ਚੱਲਦੇ ਹਾਂ। ਸੁਰ ਸਾਗਰ, ਹੈਲੋ ਜੀ। ਹਾਂਜੀ ਸੰਨੀ ਸਾਹਿਬ। ਹਾਂਜੀ ਮਹਾਰਾਜ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਰੇਪ ਹੁੰਦੀਆਂ ਨੇ ਜਦੋਂ ਦੀ ਸ਼ੀ ਆ ਉਦੋਂ ਦੇ ਚੱਲ ਰਹੇ ਆ ਜੀ, ਸਿਰਜ ਹਿਊਮਨ ਨੇਚਰ, ਭਾਵੇਂ ਉਹ ਮੇਲ ਹੋਵੇ ਭਾਵੇਂ ਫੀਮੇਲ ਹੋਵੇ ਜੀ। ਅਤੇ ਬਾਕੀ ਇਹ ਹੈ ਕਿ ਰੇਪ ਹੋਰ ਬਲਾਤਕਾਰ ਅੱਜ ਤੋਂ ਹੁੰਦੇ ਸਨ ਪਹਿਲੇ, ਜ਼ਿਆਦਾ ਹੁੰਦੇ ਸਨ, ਹੁਣ ਘਟੇ ਨੇ। ਪਹਿਲੇ ਇਸ ਵਾਸਤੇ ਸਾਨੂੰ ਨਹੀਂ ਸੀ ਪਤਾ ਲੱਗਦਾ ਕਿ ਸਾਡੀ ਬੱਚੀਆਂ ਦੀਆਂ ਜਿਹੜੇ ਹੁੰਦੇ ਸਨ ਅਤੇ ਉਹ ਸ਼ਰਮ ਦੇ ਮਾਰੇ ਬਾਹਰ ਨਹੀਂ ਸੀ ਆਉਂਦੀਆਂ, ਉਹਨੂੰ ਘਰ ਦੇ ਵਿੱਚ ਹੀ ਛੁਪਾ ਦਿੱਤਾ ਜਾਂਦਾ ਸੀ, ਹੁਣ ਉਹ ਖੁੱਲ੍ਹ ਕੇ ਬਾਹਰ ਆਉਂਦੀਆਂ ਨੇ। ਅਤੇ ਬਾਕੀ ਇਹ ਹੈ ਕਿ ਇਹ ਇੱਥੇ ਜਿਹੜਾ ਹੈਗਾ ਗੌਰਮੈਂਟ ਨੂੰ ਸਰਕਾਰਾਂ ਨੂੰ ਇਹੋ ਜਿਹੇ ਲਾਭ ਬਣਾਉਣੇ ਚਾਹੀਦੇ ਆ ਕਿ ਉਹਨੂੰ ਕਿਸੇ ਕਿਸਮ ਦੀ ਹੀ ਰਿਆਇਤ ਨਾ ਦਿੱਤੀ ਜਾਵੇ, ਉਹ ਜਿਤਨਾ ਜਲਦੀ ਹੋਵੇ ਉਹਦਾ ਫੈਸਲਾ ਕਰੇ ਉਹ ਨਿਬੇੜੇ। ਔਰ ਕੈਨੇਡਾ ਦੇ ਵਿੱਚ ਜਾਂ ਯੂਰਪ ਦੇ ਵਿੱਚ ਜਾਂ ਨੌਰਥ ਅਮੈਰੀਕਾ ਦੇ ਵਿੱਚ ਅਸੀਂ ਕਿਸੇ ਦੇ ਨਾਲ ਵੀ ਸੈਕਸੁਅਲ ਈਵਨ ਦੈਨ ਕਨਵਰਸੇਸ਼ਨ ਵੀ ਕਰਦੇ ਹੈਗੇ ਹਾਂ, ਅਤੇ ਅਗਰ ਗੌਰਮੈਂਟ ਨੂੰ ਪਤਾ ਲੱਗੇ ਵੀ ਆਰ ਬਲੈਕਲਿਸਟਡ, ਵੀ ਆਰ ਕੰਪਲੀਟਲੀ ਬਲੈਕਲਿਸਟਡ, ਉਹਨੂੰ ਮਾਫ਼ ਨਹੀਂ ਕੀਤਾ ਜਾਂਦਾ। ਅਤੇ ਬਾਕੀ ਕਰਦੇ ਹਾਂ ਅਸੀਂ ਹਿੰਦੁਸਤਾਨ ਦੀ ਗੱਲ, ਅਤੇ ਹਿੰਦੁਸਤਾਨ ਦੇ ਵਿੱਚ ਵੰਡ ਕੇ ਖਾਂਦੇ ਆ। ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ। ਸੁਰ ਸਾਗਰ, ਹੈਲੋ ਜੀ। ਹਾਂਜੀ ਪੰਨੂ ਸਾਹਿਬ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਮਹਾਰਾਜ। ਪੰਨੂ ਸਾਹਿਬ, ਇਸ ਤਰ੍ਹਾਂ ਲੱਗਦਾ ਹੈਗਾ ਆ ਕਿ ਸਾਡਾ ਜਿਹੜਾ ਸਾਡੀ ਜਿਹੜੀ ਸੋਸਾਇਟੀ ਆ ਜੀ, ਇਹਦੇ ਵਿੱਚ ਫੰਡਾਮੈਂਟਲ ਜੀ ਜੀ ਹਾਂਜੀ ਕਿੱਥੇ ਚਲੇ ਗਏ ਜੀ? ਹਾਂਜੀ ਹਾਂਜੀ, ਮਾਫ ਕਰਨਾ ਮੈਂ ਬੰਦ ਕਰ ਗਿਆ ਸੀਗਾ। ਗੱਲ ਇਹ ਆ ਕਿ ਇਸ ਵੇਲੇ ਸਾਡੀਆਂ ਜਿਹੜੀਆਂ ਫਿਲਮਾਂ ਆ ਪੰਨੂ ਸਾਹਿਬ, ਸਾਡਾ ਲਿਟਰੇਚਰ ਦੇਖੋ ਤਾਂ ਸਹੀ ਕਿ ਕਿਸ ਕਿਹੜਾ ਕਿੱਦਾਂ ਦਾ ਲਿਟਰੇਚਰ ਆ ਜਿਹਦਾ ਵਿਕਾਸ ਪਿਛਲੇ ਸਾਲਾਂ 'ਚ ਵਿਕਾਸ ਹੋਇਆ, ਸਾਡੀਆਂ ਫਿਲਮਾਂ, ਸਾਡੇ ਗਾਣੇ ਜਿਹੜੀ ਇਸ ਵੇਲੇ ਚੇਂਜ ਹੋਈ ਆ, ਬਹੁਤ ਬੈਡ ਪਾਸੇ ਨੂੰ ਹੋਈ ਆ, ਇਹਦਾ ਬਹੁਤ ਵੱਡਾ ਜਿਹੜਾ ਹਿੱਸਾ ਆ ਉਹ ਜਿਹੜੇ ਛੋਟੇ ਬੱਚੇ ਆ ਉਹ ਗ੍ਰਹਿਣ ਕਰਦੇ ਆ। ਉਹ ਛੋਟੇ ਬੱਚੇ ਦੇ ਥੋੜ੍ਹੇ ਹੋਰ ਬੜੇ ਹੁੰਦੇ, ਉਹ ਆਪਣੇ ਮਨ ਦੇ ਵਿੱਚੋਂ ਇਹ ਜਿਹੜਾ ਗੰਦ ਬੰਦ ਆ ਇਹਨੂੰ ਕੱਢਦੇ ਨਹੀਂ ਹੈ। ਇਹਨੂੰ ਦੂਜੀ ਗੱਲ ਜਿਹੜੀ ਸਜਾਵਾਂ ਆ, ਦੋ ਦੋ ਸਾਲ ਲੱਗ ਜਾਂਦੇ, ਤਿੰਨ ਤਿੰਨ ਸਾਲ ਕੇਸ ਨੂੰ, ਪੰਜ ਵਾਈ ਆਈ ਕੈਂਟ ਅੰਡਰਸਟੈਂਡ। ਤੁਸੀਂ ਮਿਡਲ ਈਸਟ ਜਾ ਕੇ ਦੇਖੋ ਭਾਈ, ਕੋਈ ਵੀ ਕੰਮ ਉਹ ਹਫ਼ਤੇ ਦੋ ਚੋ ਹਫ਼ਤਿਆਂ 'ਚ ਮੁਕਾਉਂਦੇ ਆ, ਇੱਥੇ ਸਾਡੇ ਤਾਂ ਕੇਸ ਹੀ ਚੱਲੀ ਜਾਂਦੇ ਆ। ਔਰ ਫਿਰ ਜਿਹੜੀ ਸਜਾਵਾਂ ਜਿੱਦਾਂ ਹੋਣੀਆਂ ਚਾਹੀਦੀਆਂ ਉੱਦਾਂ ਹੁੰਦੀਆਂ ਨਹੀਂ ਹੈ। ਗੌਰਮੈਂਟ ਨੂੰ
अत्यंत स्ट्रिक्ट होना चाहिए इस मामले दे उत्ते, एदू कोई माड़ा क्राइम होर हो नहीं सकता। थैंक यू। थैंक यू, बहुत मेहरबानी जी। तुसी मिडल ईस्ट की गल की है, मिडल ईस्ट के अजिहियां बद फैलियां ये तो कई गुणा वध हन, लेकिन उत्थे औरत नू कोई अधिकार नहीं है, तां करके सारा कुछ चुप चुपीता है। भारत तो बच्चियां छोटी छोटी उम्र दियां उत्थे लियांदियां जांदियां हन। सो गल कोई नहीं करन वाली जी, घर दे विच बच्चियां प्रोग्राम सुन रही हैं, इत्थे सुन रही हैं, मावां सुन रही हैं, इस वेले कई गल्लां जिहड़ियां हन वो सुन और करन योग ही नहीं गियां। सारे ही जानते हैं कि किधर नू समाज तुरिया पिया है। सुर सागर, सत श्री अकाल जी। सत श्री अकाल जी। हाँ जी, मेरे ख्याल दे विच जो भी हो रहा कि असी धर्म तो बहुत दूर हो गए ते अपने जिहड़े मतलब साडे सिद्धांत ने जीवन दे उन्हां नू भुल गए ते जिहड़े हैगे मतलब एस बाकी इंडिया दी गल तां आया उत्थे तां सब कुछ बकाऊ आ, उत्थे धर्म भी बकाऊ आ, उत्थे इंसाफ भी बकाऊ आ। जिहदे कोल पैसे ने वो अपनी मन मर्जी करता तो फैसला अखीर चे हक च हो जाता। बाकी तुसी अमृत छकन की गल कह रहे हो, लंगाह ने भी अमृत छकया होया सी, साढ़े एडे एडे धर्म नूं मनण आया ने की किश्ता। तो असी कोशिश करते हैं इत्थे बैठे पर साड़ी कोशिश कदे भी सफल नहीं हुंदी। असी तीजा बदल चाहते सी, की होया? कुछ भी नहीं, क्योंकि साढ़े लोगों के ਵਿੱਚ ਜਿਹੜਾ ਹੈ ਮਤਲਬ ਜੀ ਸਾਡੇ ਲੋਕ ਨੇ ਜਿਹੜੇ ਉਹ ਮਤਲਬ ਇਸ ਤਰ੍ਹਾਂ ਦੇ ਉੱਥੇ ਜਨਰੇਸ਼ਨ ਪੈਦਾ ਹੋ ਰਹੀ ਆ ਜਿਨ੍ਹਾਂ ਨੂੰ ਮਤਲਬ ਕੋਈ ਵੀ ਕਿਸੇ ਚੀਜ਼ ਦਾ ਗਿਆਨ ਹੀ ਨਹੀਂ, ਜਿਵੇਂ ਨਸ਼ਿਆਂ 'ਚ ਡੁੱਬ ਗਏ, ਜਿਹੜੀ ਨਵੀਂ ਪੀੜ੍ਹੀ ਆ ਉਹ ਤਾਂ ਨਸ਼ਿਆਂ 'ਚ ਡੁੱਬ ਗਈ, ਉਹਨਾਂ ਨੂੰ ਤਾਂ ਕੋਈ ਵੀ ਕੁਛ ਦੇ ਕੇ ਖਰੀਦ ਸਕਦਾ। ਤੁਸੀਂ ਐਸ ਪੀ ਐਸ ਜੀ ਬੀ ਸੀ ਦੀ ਗੱਲ ਕਰਦੇ ਹੋ, ਉਹ ਵੀ ਕਿਸੇ ਦੇ ਖਰੀਦੇ ਹੋਏ ਨੇ, ਉਹਨਾਂ ਤੋਂ ਤੁਸੀਂ ਕੀ ਚਾਹੁੰਦੇ ਹੋ? ਬਾਕੀ ਰਹੀ ਸਾਡੇ ਇਕੱਠੇ ਹੋਣ ਦੀ ਗੱਲ, ਆਪਾਂ ਆਮ ਸੁਣਦੇ ਹਾਂ ਕਿ ਸਿੱਖਾਂ ਨੂੰ ਕੁਰਬਾਨੀਆਂ ਦੇਣੀਆਂ ਆਉਂਦੀਆਂ ਨੇ ਪਰ ਇਹਨਾਂ ਨੂੰ ਰਾਜ ਕਰਨਾ ਨਹੀਂ ਆਉਣਾ। ਸਾਡੀਆਂ 10 ਸੰਪਰਦਾਇ ਨੇ, ਤੁਸੀਂ 1000 ਬੰਦਾ ਲੈ ਲਓ, ਉਹਨਾਂ 'ਚੋਂ 200 ਦੀ ਇੱਕ ਰਾਏ ਹੋ, 200 ਦੀ ਇੱਕ ਰਾਏ ਹੋ, ਸਾਡੀ ਕਦੇ ਇੱਕ ਰਾਏ ਸਿੱਖਾਂ ਦੀ ਨਹੀਂ ਹੁੰਦੀ, ਜਿਹਦੇ ਕਰਕੇ ਅਸੀਂ ਬੁਰੀ ਤਰ੍ਹਾਂ ਫੇਲ ਹਾਂ। ਜਿਹੜੀ ਤੁਸੀਂ ਗੱਲ ਕੀਤੀ ਹੈ ਨਾ ਰਾਜ ਨਹੀਂ ਕਰਨਾ ਆਉਂਦਾ, ਇਹ ਪੁਰਾਣੀਆਂ ਗੱਲਾਂ ਹੋ ਚੁੱਕੀਆਂ ਹਨ ਜੀ। ਨਹੀਂ ਹੁਣ ਵੀ ਦੇਖ ਲਓ, ਨਹੀਂ ਮੈਂ ਤੁਹਾਨੂੰ ਕੁਝ ਯਾਦ ਕਰਾਉਣਾ ਚਾਹੁੰਦਾ। ਹਾਂਜੀ, ਕੀ ਮਹਾਰਾਜਾ ਰਣਜੀਤ ਸਿੰਘ ਨੇ ਰਾਜ ਨਹੀਂ ਕੀਤਾ 50 ਸਾਲ? ਹਾਂ, ਉਹਨਾਂ ਨੇ ਰਾਜ ਕੀਤਾ, ਉਹਨਾਂ ਦੇ ਬੱਚੇ ਕਿਹਨੇ ਮਾਰੇ? ਹਾਂਜੀ, ਕੀ ਉਹਨਾਂ ਦੇ ਬੱਚੇ ਚਾਲਾਂ ਕਿਹਨਾਂ ਨੇ ਚੱਲੀਆਂ? ਸਿੱਖਾਂ ਨੇ, ਨਹੀਂ ਸਿੱਖਾਂ ਨੇ ਉਹਨਾਂ ਦਾ ਪਰਿਵਾਰ ਖਤਮ ਕਰਤਾ। ਜਿਹੜੇ ਬਾਹਰੋਂ ਜਦੋਂ ਆਪਾਂ ਕਿਸੇ ਦੂਸਰੀ ਕੌਮ ਤੇ ਜ਼ਿਆਦਾ ਵਿਸ਼ਵਾਸ ਕਰਨ ਲੱਗ ਪਈਏ ਫਿਰ ਅਜਿਹਾ ਹੁੰਦਾ ਹੈ? ਨਹੀਂ, ਸਾਡੇ ਚ ਕਿੰਤੂ ਪ੍ਰੰਤੂ ਬਹੁਤ ਆ। ਨਹੀਂ ਜਿਹੜੀ ਕਿੰਤੂ ਪ੍ਰੰਤੂ ਹੋਣਾ ਬਹੁਤ ਜ਼ਰੂਰੀ ਹੈ, ਜੇਕਰ ਕਿੰਤੂ ਪ੍ਰੰਤੂ ਨਹੀਂ ਕਰਦੇ ਤੇ ਫੇਰ ਕਹਿੰਦੇ ਆ ਕਿ ਬਾਬਿਆਂ ਦੇ ਪਿੱਛੇ ਲੱਗੀ ਜਾ ਰਹੇ ਆ, ਉੱਥੇ ਕਿੰਤੂ ਪ੍ਰੰਤੂ ਨਹੀਂ ਗੇ ਕਰਦੇ ਸਮਾਜ ਦੇ ਵਿੱਚ ਗੁਰਬਾਣੀ ਤੇ ਕਿੰਤੂ ਪ੍ਰੰਤੂ। ਹਾਂਜੀ, ਇਸ ਕਰਕੇ ਗੁਰਬਾਣੀ ਤੇ ਕਿੰਤੂ ਪ੍ਰੰਤੂ ਹੋਣਾ ਬਹੁਤ ਜ਼ਰੂਰੀ ਹੈ, ਉਹਦੇ ਨਾਲ ਇੱਕ ਦੂਜੇ ਦੇ ਵਿਚਾਰਾਂ ਦਾ ਪਤਾ ਲੱਗਦਾ, ਸੋਝੀ ਦਾ ਪਤਾ ਲੱਗਦਾ, ਉਹਦੇ 'ਚੋਂ ਨਿਖਰ ਕੇ ਨਵੀਂ ਚੀਜ਼ ਆਉਂਦੀ ਆ। ਪਰ ਕਿੰਤੂ ਪ੍ਰੰਤੂ ਕਰਨ ਦੇ ਤਰੀਕੇ ਹੁੰਦੇ ਹਨ, ਆਪਾਂ ਡਿਸਕਸ਼ਨ ਕਰੀਏ, ਵਿਚਾਰ ਸਾਂਝੇ ਕਰੀਏ, ਜੇਕਰ ਤੁਹਾਡਾ ਵਿਚਾਰ ਹੋਵੇ ਮੈਂ ਮੰਨਾਂ, ਜੇਕਰ ਮੇਰਾ ਵਿਚਾਰ ਵਧੀਆ ਤੁਸੀਂ ਮੰਨੋ, ਇਹ ਇਸ ਤਰ੍ਹਾਂ ਦੇ ਵਿਚਾਰ ਹੋਣੇ ਚਾਹੀਦੇ ਹਨ। ਇਹ ਤਾਂ ਗੁਰਬਾਣੀ ਵੀ ਕਹਿੰਦੀ ਆ ਕਿ ਇੱਕ ਕਹਿੰਦਾ ਦੂਜਾ ਸੁਣੇ, ਦੂਜਾ ਕਹਿੰਦਾ ਪਹਿਲਾਂ ਸੁਣੇ। ਸੋ ਕਿੰਤੂ ਪ੍ਰੰਤੂ ਹੋਣਾ ਬਹੁਤ ਜ਼ਰੂਰੀ ਹੈ, ਆਪਾਂ ਇਹ ਨਾ ਕਹੀਏ ਕਿ ਸਾਡੀ ਕੌਮ ਨੂੰ ਰਾਜ ਨਹੀਂ ਕਰਨਾ ਆਉਂਦਾ, ਸਾਡੀ ਕੌਮ ਨੂੰ ਸਾਰਾ ਕੁਝ ਕਰਨਾ ਆਉਂਦਾ। ਮੈਂ ਨਹੀਂ ਤੁਹਾਡੇ ਨਾਲ ਸਹਿਮਤ, ਜਿਹੜੇ ਲੋਕ ਕਹਿ ਦਿੰਦੇ ਆ ਨਾ ਜੀ ਨਹੀਂ ਜੀ ਸਿੱਖਾਂ ਨੂੰ ਤਾਂ ਬਲੀਦਾਨ ਹੀ ਦੇਣਾ ਆਉਂਦਾ ਵਾ, ਇਹ ਸਾਰਾ ਕੁਝ ਕਰਨਾ ਜਾਣਦੇ, ਐਡੀ ਐਡਵਾਂਸ ਕੌਮ ਆ, ਇੰਨੀ ਅਗਰੈਸਿਵ ਕੌਮ ਆ, ਇੰਨੀ ਇੰਟਰਪਨਿਓਰ ਕੌਮ ਆ, ਤੁਸੀਂ ਕਿਸੇ ਹੋਰ ਕੌਮ ਦਾ ਇਸ਼ਾਰਾ ਕਰਕੇ ਵੇਖੋ, ਜੇ ਹੈ ਤਾਂ ਯਹੂਦੀ, ਆਪਾਂ ਯਹੂਦੀਆਂ ਨਾਲੋਂ ਅੱਗੇ ਹਾਂ। ਸੋ ਇਹ ਗੱਲ ਕਹਿ ਦੇਣੀ ਆਪਣੇ ਆਪ ਨੂੰ, ਅਸੀਂ ਮਾੜਾ ਕਹੀ ਜਾਈਏ, ਅਸੀਂ ਮਾੜੇ ਨਹੀਂ ਹਾਂ, ਜੇਕਰ ਚੰਗੇ ਹਾਂ, ਇਹਨਾਂ ਦੇਸ਼ਾਂ ਦੇ ਵਿੱਚ ਰਾਜ ਕਰ ਰਹੇ ਹਾਂ, ਇਹਨਾਂ ਦੇਸ਼ਾਂ ਦੇ ਵਿੱਚ ਆਪਣੇ ਵੱਡੇ ਵੱਡੇ ਬਿਜ਼ਨਸ ਹਨ, ਇਹਨਾਂ ਦੇਸ਼ਾਂ 'ਚ ਅਸੀਂ ਇਸ ਲਈ ਰਾਜ ਕਰ ਰਹੇ ਹਾਂ ਕਿਉਂਕਿ ਇਸ ਦੇਸ਼ ਦੇ ਵਿੱਚ ਕਰਪਸ਼ਨ ਨਹੀਂ ਹੈ,
ਬਿਲਕੁਲ ਜੇ ਕੋਈ ਗਲਤ ਕੰਮ ਕਰਦਾ ਉਹਨੂੰ ਸਜ਼ਾ ਮਿਲਦੀ ਆ ਪਰ ਸਾਡੇ ਇੰਡੀਆ ਵਿੱਚ ਤਾਂ ਇਨਸਾਫ ਖਰੀਦਿਆ ਜਾਂਦਾ ਇਸੇ ਕਰਕੇ ਆਪਾਂ ਉੱਥੇ ਰਹਿ ਕੇ ਹੁਣ ਖੁਸ਼ ਨਹੀਂ ਗਏ ਸਿੱਖ ਉੱਥੇ ਨਹੀਂ ਰਹੇਗਾ ਜਿੱਥੇ ਉਹ ਇਨਸਾਫ ਨਹੀਂ ਮਿਲੇਗਾ ਜਿੱਥੇ ਉਹਨਾਂ ਨੂੰ ਇਨਸਾਫ ਪਸੰਦ ਲੋਕੀ ਨਹੀਂ ਮਿਲਣਗੇ ਉਹ ਉੱਥੇ ਨਹੀਂ ਰਹੇਗਾ ਜੇਕਰ ਕੈਨੇਡਾ 'ਚ ਵੀ ਅਜਿਹਾ ਹਾਲਾਤ ਆ ਜਾਂਦੇ ਆ ਆਪਾਂ ਆਪਣੇ ਬੱਚਿਆਂ ਨੇ ਇੱਥੇ ਨਹੀਂ ਰਹਿਣਾ ਇਹਨਾਂ ਨੇ ਹੋਰ ਕਿਤੇ ਚਲੇ ਜਾਣਾ ਸੋ ਇਹ ਕਹਿ ਦੇਣਾ ਕਿ ਆਪਾਂ ਜਿਹੜੇ ਸਿੱਖ ਹਾਂ ਜੀ ਇੱਦਾਂ ਵਾ ਇੱਦਾਂ ਨਹੀਂ ਅਸੀਂ ਬਹੁਤ ਐਡਵਾਂਸ ਲੋਕ ਹਾਂ ਅਸੀਂ ਅਸੀਂ ਹਰ ਇੱਕ ਚੀਜ਼ ਦੇ ਨਾਲ ਨਿਆਂ ਕਰਨਾ ਜਾਣਦੇ ਹਾਂ ਬਰਾਬਰਤਾ ਦਾ ਜੋ ਸਾਨੂੰ ਸਬਕ ਦਿੱਤਾ ਗਿਆ ਵਾ ਮਿਹਨਤ ਕਸ਼ ਲੋਕ ਹਾਂ ਹਰ ਪੱਖੋਂ ਅਸੀਂ ਅੱਗੇ ਹਾਂ ਇਹ ਠੀਕ ਆ ਬਈ ਸਿੱਖ ਚੰਗੇ ਨੇ ਠੀਕ ਆ ਪਰ ਇਹਨਾਂ ਦੇ ਵਿੱਚ ਮਾੜੇ ਅਨਸਰ ਨੂੰ ਅਸੀਂ ਪਹਿਚਾਣ ਨਹੀਂ ਸਕਦੇ ਕਿ ਕੌਣ ਮਾੜਾ ਕੌਣ ਚੰਗਾ ਠੀਕ ਆ ਜੀ ਜੇ ਤੁਸੀਂ ਗੁਰੂ ਆਪਣੇ ਕੀ ਹੈਗੇ ਮਹਾਰਾਜਾ ਰਣਜੀਤ ਸਿੰਘ ਨੂੰ ਦੇਖਦੇ ਹੋ ਕਿੰਨਾ ਅੱਛਾ ਰਾਜਾ ਸੀ ਜੀ ਕਿ ਉਹ ਕਿਸੇ ਗੁਰੂ ਨਾਲੋਂ ਘੱਟ ਨਹੀਂ ਸੀ ਉਹਨਾਂ ਦਾ ਪ੍ਰਚਾਰ ਕਿਵੇਂ ਉਹ ਗਰੀਬਾਂ ਦੀ ਹੈਲਪ ਕਰਦੇ ਸੀ ਪਰ ਜੇ ਉੱਥੇ ਸਿੱਖ ਹੋਏ ਉਹਨਾਂ ਨੇ ਉਹਨਾਂ ਦੀ ਆਉਣ ਵਾਲੀ ਜਨਰੇਸ਼ਨ ਸਾਰੀ ਖਤਮ ਕਰਤੀ ਕਿਸੇ ਤੇ ਦਰਵਾਜ਼ਾ ਗਰਾਇਆ ਸਾਰੇ ਕਿਸੇ ਗਦਾਰ ਬਣ ਗਏ ਉਹ ਅੰਗਰੇਜ਼ਾਂ ਨਾਲ ਰਲ ਗਏ ਬਹੁਤ ਬਹੁਤ ਧੰਨਵਾਦ ਤੁਸੀਂ ਵੇਖੋ ਜਾ ਕੇ ਸਿੱਖ ਕਿੰਗਡਮ ਸਿੱਖ ਇੰਪਾਇਰ ਤੁਸੀਂ ਮੇਰੀ ਫੇਸਬੁੱਕ ਤੇ ਜਾ ਕੇ ਵੇਖੋ ਰਵਿੰਦਰ ਸਿੰਘ ਪੰਨੂ ਸਿੱਖ ਅੰਪਾਇਰ ਇੱਕ ਬੰਨੇ 16 ਰਾਜੇ ਭਾਰਤ ਦੇ ਹੁੰਦੇ ਸਨ ਤੇ ਇੱਕ ਬੰਨੇ ਸਿੱਖ ਅੰਪਾਇਰ ਬਰਾਬਰ ਸੀਗੀ ਇੱਕ ਸਿੱਖ ਇੰਪਾਇਰ ਜਿਹੜੇ 50 ਸਾਲ ਰਾਜ ਕੀਤਾ ਛੋਟਾ ਨਹੀਂ ਸਮਾਂ ਹੁੰਦਾ ਬਹੁਤ ਸਮਾਂ ਹੁੰਦਾ ਹੈ ਠੀਕ ਆ ਕਿ ਕੁਝ ਗਦਾਰ ਜਿਹੜੇ ਕਿ ਬਾਹਰੋਂ ਆ ਕੇ ਉਹਨਾਂ ਨੇ ਨੁਕਸਾਨ ਕੀਤਾ ਉਹ ਅੱਜ ਵੀ ਜੰਮੂ ਕਸ਼ਮੀਰ ਦੇ ਵਿੱਚ ਜਿਹੜੀ ਉਹਨਾਂ ਨੂੰ ਰਿਆਸਤਾਂ ਮਿਲੀਆਂ ਹਨ ਜੰਮੂ ਕਸ਼ਮੀਰ ਦੀਆਂ ਉਹਦੀ ਬਦੌਲਤ ਉਹਨਾਂ ਨੂੰ ਦਿੱਤੀਆਂ ਗਈਆਂ ਸਨ ਇਤਿਹਾਸ ਪੜ੍ਹੋ BBC ਦੀ ਰਿਪੋਰਟਾਂ ਵੇਖੋ ਉਹ ਤੁਹਾਨੂੰ ਦੱਸਦੀਆਂ ਕਿ 125,000 ਦੇ ਵਿੱਚ ਜੰਮੂ ਕਸ਼ਮੀਰ ਦੇ ਦਿੱਤਾ ਗਿਆ ਸੀ ਡੋਗਰਿਆਂ ਨੂੰ ਉਹ ਵੀ ਜਿਹੜਾ ਕਿ ਉਹਨਾਂ ਨੇ ਗਦਾਰਪੁਣਾ ਕੀਤਾ ਸੀਗਾ ਉਹ ਵੀ ਤਾਂ ਬਾਹਰੋਂ ਆਏ ਸੀਗੇ ਨਾ ਜੀ ਕਿਸੇ ਵੇਲੇ ਬ੍ਰਿਗੇਡੀਅਰ ਸਾਹਿਬ ਕਿ ਆਪਾਂ ਡਿਸੀਜ਼ਨ ਲੈਣ ਦੇ ਵਿੱਚ ਜ਼ਰੂਰ ਅਸੀਂ ਇਹ ਆ ਵੀ ਦੂਸਰੇ 'ਤੇ ਵਿਸ਼ ਜਾਂਦੇ ਹਾਂ ਮਹਾਰਾਜਾ ਰਣਜੀਤ ਸਿੰਘ ਨੇ ਕੋਈ ਮਾੜਾ ਤਾਂ ਨਹੀਂ ਕੀਤਾ ਉਹਨਾਂ ਨੇ ਤਾਂ ਸਾਰਿਆਂ ਨੂੰ ਗਲੇ ਹੀ ਲਾਇਆ ਨਾ ਜੀ ਆਪਣੇ ਸਿੱਖ ਉਹ ਕਿੰਨੇ ਸੀਗੇ 20% ਅਤੇ 80% ਤਾਂ ਹੋਰ ਕੌਮਾਂ ਸਨ ਸੈਕੂਲਰ ਉਹਨਾਂ ਦਾ ਦੇਸ਼ ਸੀਗਾ ਸੈਕੂਲਰ ਰਾਜ ਸੀਗਾ ਸੋ ਇਹ ਕਹਿ ਦੇਣਾ ਕਿ ਸਾਨੂੰ ਕੁਝ ਆਉਂਦਾ ਨਹੀਂ ਗਾ ਨਹੀਂ ਜੀ ਮੈਂ ਇਹਦੇ ਨਾਲ ਮੰਨਦਾ ਨਹੀਂ ਗਾ ਨਹੀਂ ਪੰਨੂ ਸਾਹਿਬ ਮੈਂ ਬੀਬੀ ਜੀ ਨੂੰ ਰਿਕੁਐਸਟ ਕਰਨਾ ਚਾਹੁੰਦਾ ਹਾਂ ਹਾਂਜੀ ਕਿ ਤੁਸੀਂ ਦਿਲ ਨਾ ਛੱਡੋ ਅਸੀਂ ਚੜ੍ਹਦੀ ਕਲਾ ਵਾਲੀ ਕੌਮ ਹੈ ਇਸ ਵੇਲੇ ਜੋ ਪੰਜਾਬ ਦੀ ਹਾਲਤ ਹੈ ਤੁਸੀਂ ਇਮੈਜਿਨ ਕਰੋ ਜਦੋਂ ਮਹਾਰਾਜਾ ਰਣਜੀਤ ਸਿੰਘ ਆਇਆ ਸੀ ਉਹ ਕਿਹੋ ਜਿਹੀ ਮਾੜੀ ਹਾਲਤ ਹੋਏਗੀ ਹਾਂਜੀ ਉੱਥੇ ਕਿਹੋ ਜਿਹਾ ਜ਼ੁਲਮ ਸੀਗਾ ਕਿਹੋ ਜਿਹਾ ਸੀਗਾ 30-40 ਟਾਈਪ ਦੇ ਟੈਕਸ ਸੀਗੇ ਉਸ ਵੇਲੇ ਜੀ ਔਰ ਟੈਕਸਾਂ ਨੂੰ ਮੈਂ ਗਿਣਾਉਣਾ ਸ਼ੁਰੂ ਕਰਾਂ ਤਾਂ ਸਵੇਰ ਹੋ ਜਾਏਗੀ ਔਰ ਉਸ ਵੇਲੇ ਮਹਾਰਾਜਾ ਰਣਜੀਤ ਸਿੰਘ ਦੀ ਉਮਰ 19 ਸਾਲ ਦੀ ਸੀ ਜੀ ਲਾਹੌਰ ਦੇ ਪਤਵੰਤਿਆਂ ਨੇ ਉਹਨਾਂ ਨੂੰ ਉੱਥੇ ਬੁਲਾ ਕੇ ਕਿਹਾ ਵੀ ਤੁਸੀਂ ਸੰਭਾਲ ਸਕਦੇ ਹੋ ਇਹੋ ਜਿਹਾ ਪਤਵੰਤਾ ਸੱਜਣ ਇਹੋ ਜਿਹਾ ਸਿੱਖ ਫਿਰ ਪੈਦਾ ਹੋ ਸਕਦਾ ਅਸੀਂ ਆਪਣਾ ਹੌਸਲਾ ਨਾ ਛੱਡੀਏ ਸਾਡੇ 'ਚ ਬਹੁਤ ਲਿਆਕਤਦਾਰ ਵੀ ਬੰਦੇ ਨੇ ਹਾਂ ਠੀਕ ਹੈ ਜਿਹੜੀਆਂ ਹਿਸਟਰੀ 'ਚ ਗਲਤੀਆਂ ਹੋਈਆਂ ਉਹਨਾਂ ਤੋਂ ਲੈਸਨ ਲਰਨ ਕਰੀਏ ਪਰ ਅਸੀਂ ਕਦੀ ਵੀ ਇਹ ਨਾ ਸੋਚੀਏ ਕਿ ਸਾਡੀ ਕੌਮ ਅੱਗੇ ਨਹੀਂ ਵੱਧ ਹਾਂਜੀ ਔਰ ਸਾਨੂੰ ਚਾਹੀਦਾ ਕਿ ਸਿੱਖ ਅੰਪਾਇਰ ਡੇ ਸਾਨੂੰ ਮਨਾਉਣਾ ਚਾਹੀਦਾ ਜੀ ਜਿਹੜੇ ਸਿੱਖ ਕਿੰਗਡਮ ਸਾਨੂੰ ਬਾਹਰਲੇ ਦੇਸ਼ਾਂ 'ਚ ਵਸੇ ਹੋਏ ਜਿਹੜੇ ਲੋਕੀ ਹਨ ਜਾਂ ਗੋਰੇ ਹਨ ਸਾਨੂੰ ਦੱਸਣਾ ਚਾਹੀਦਾ ਕਿ ਸਾਡੀ ਸਿੱਖ ਅੰਪਾਇਰ ਹੁੰਦੀ ਸੀ ਖਾਲਿਸਤਾਨ ਦੀ ਗੱਲ ਕਰਦੇ ਹਾਂ ਲੇਕਿਨ ਉਸ ਤੋਂ ਪਹਿਲਾਂ ਸਾਨੂੰ ਗੱਲ ਕਰਨੀ ਚਾਹੀਦੀ ਹੈ ਸਿੱਖ ਅੰਪਾਇਰ ਦੀ ਸਿੱਖ ਕਿੰਗਡਮ ਦੀ ਕਿ ਮਹਾਰਾਜਾ ਰਣਜੀਤ ਸਿੰਘ ਨੇ 50 ਸਾਲ ਰਾਜ ਕੀਤਾ ਇਹ ਸਾਡੀ ਬਾਉਂਡਰੀ ਸੀਗੀ ਇੱਥੋਂ 30 ਬਾਉਂਡਰੀ ਸੀ ਕਿੰਨੇ ਦੇਸ਼ ਜਿਹੜੇ ਆ ਇਰਾਕ ਤੱਕ ਸਾਡੀਆਂ ਹੱਦਾਂ ਸੀ ਅਫਗਾਨਿਸਤਾਨ ਤੱਕ ਸਾਡੀਆਂ ਹੱਦਾਂ ਸਨ ਰਸ਼ੀਆ ਦੇ ਨਾਲ ਟੱਚ ਕਰਦੇ ਸਾਂ ਇੱਧਰ ਲਹਿੰਦੇ ਵੱਲ ਕਿੱਥੋਂ ਤੀਕ ਸਾਡਾ ਰਾਜ ਸੀਗਾ ਸੋ ਸਾਨੂੰ ਚਾਹੀਦਾ ਕਿ ਇਸ ਵੇਲੇ ਸਿੱਖ ਅੰਪਾਇਰ ਸਾਨੂੰ ਦੁਬਾਰਾ ਫਿਰ ਉਹਦੇ ਦਿਨ ਯਾਦ ਕਰਾਉਣੇ ਚਾਹੀਦੇ ਲੋਕਾਂ ਨੂੰ ਜੇਕਰ ਕੋਈ ਨਾ ਕੁਝ ਅਜਿਹਾ ਗੁਰਦੁਆਰਿਆਂ ਦੀਆਂ ਕਮੇਟੀਆਂ ਕਰਨ ਤਾਂ ਅਸੀਂ ਪੂਰਾ ਸਹਿਯੋਗ ਦੇਵਾਂਗੇ ਮੈਂ ਸਮਝਦਾ ਕਿ ਸਾਨੂੰ ਉਹ ਦਿਨ ਜ਼ਰੂਰ ਵੱਡੀ ਪੱਧਰ 'ਤੇ ਮਨਾਉਣਾ ਚਾਹੀਦਾ ਜਿੱਦਣ ਮਹਾਰਾਜਾ ਰਣਜੀਤ ਸਿੰਘ ਨੇ ਰਾਜ ਦਾ ਝੰਡਾ ਲਾਹੌਰ ਦੇ ਕਿਲ੍ਹੇ 'ਤੇ ਚਲਾਇਆ ਸੀਗਾ ਉਹ ਦਿਨ ਸਾਨੂੰ ਯਾਦ ਕਰਦੇ ਹੋਏ ਸਿੱਖ ਕਿੰਗਡਮ ਔਰ ਸਿੱਖ ਇੰਪਾਇਰ ਦਾ ਦਿਨ ਮਨਾਉਣਾ ਚਾਹੀਦਾ ਹੈ ਸੁਰ ਸਾਗਰ ਆਪਣੇ ਪੰਨੂ ਸਾਹਿਬ ਜੀ ਜੀ ਮਹਾਰਾਜ ਹਾਂ ਤੁਹਾਨੂੰ ਬ੍ਰੇਡੀਆ ਸਾਹਿਬ ਔਰ ਤੁਹਾਨੂੰ ਔਰ ਸੋਤਨ ਸਤਿ ਸ੍ਰੀ ਅਕਾਲ ਤੁਹਾਡੀ ਦੋਹਾਂ ਦੀ ਡਿਸਕਸ਼ਨ ਹੋਈ ਆ ਬੀਬੀ ਜੀ ਨੇ ਬਹੁਤ ਚੰਗੇ ਵਿਚਾਰ ਦਿੱਤੇ ਤੁਸੀਂ ਵੀ ਬਹੁਤ ਚੰਗੇ ਵਿਚਾਰ ਦਿੱਤੇ
ਇਹਦਾ ਮੈਂ ਐਪਰੀਸ਼ੀਏਟ ਕਰਦਾ, ਬੀਬੀ ਜੀ ਦਾ ਵੀ ਐਪਰੀਸ਼ੀਏਟ ਕਰਦਾ। ਅੱਛਾ ਮੇਰਾ ਸਵਾਲ ਹੈ, ਮੈਂ ਬਲਾਤਕਾਰ ਬਾਰੇ ਗੱਲ ਕਰਨੀ ਚਾਹੁੰਦਾ ਸੀ ਕਿ ਜਿਹੜੇ ਮਤਲਬ ਜੰਮੂ ਕਸ਼ਮੀਰ ਜਿਹੜੇ ਮਤਲਬ ਯੂਪੀ ਚ ਹੋਏ ਆ, ਉਹ ਦੋਨੇ ਉੱਥੇ ਭਾਰਤੀ ਪਾਰਟੀ ਜਿਹੜੀ ਭਾਰਤੀ ਜਨਤਾ ਪਾਰਟੀ ਹੈ ਉਹ ਉੱਥੇ ਰਾਜ ਕਰ ਰਹੀ ਹੈ। ਅੱਛਾ ਜਿਹੜੇ ਮਤਲਬ ਜੰਮੂ ਕਸ਼ਮੀਰ ਚ ਹੋਇਆ ਉਹਦੇ ਵਿੱਚ ਇੱਕ ਪਾਦਰੀ ਇਨਵੋਲਵ ਸੀ ਜਿਹੜਾ ਧਾਰਮਿਕ ਬੰਦਾ ਸੀਗਾ ਜਿਹਦੇ ਤੇ ਵਿਸ਼ਵਾਸ ਨਹੀਂ ਸੀ ਕੀਤਾ ਜਾ ਸਕਦਾ, ਔਰ ਜਿਹੜਾ ਯੂਪੀ ਦੇ ਵਿੱਚ ਹੋਇਆ ਉਹ ਮਤਲਬ ਦੋਨੇ ਜਿਹੜੇ ਆ ਮਤਲਬ ਜਿਹੜੇ ਹੈਗੇ ਆ ਭਾਰਤੀ ਜਨਤਾ ਪਾਰਟੀ ਦੇ MLA ਆ, ਔਰ 40-50 ਜਿਹੜੇ ਕਾਫਲਾ ਲੈ ਕੇ ਗਏ SP ਦੇ ਦਫ਼ਤਰ, ਔਰ SP ਨੇ ਆਪਣਾ ਗੇਟ ਬੰਦ ਕਰ ਲਿਆ। ਔਰ ਮੇਰਾ ਮਤਲਬ ਕਹਿੰਦਾ ਹੁਣ ਜਿਹੜਾ UNO ਆ ਜਿਹੜੀ ਦੁਨੀਆ ਦੀ ਪੰਚਾਇਤ ਆ ਉਹਨੂੰ ਵੀ ਕਹਿਤਾ ਜੀ ਤਾਂ ਮੋਦੀ ਸਾਹਿਬ ਫੈਸਲਾ ਕਰਨ ਜ਼ਰੂਰੀ ਚਾਹੀਦਾ, ਔਰ ਇਰਾਨ ਵਾਲਿਆਂ ਨੇ ਕਹਿਤਾ ਕਿ ਜਿਹੜੇ ਮੋਦੀ ਸਾਹਿਬ ਇੱਥੇ ਆਉਣਗੇ ਉਸ ਤੋਂ ਪਹਿਲਾਂ ਫੈਸਲਾ ਕਰਕੇ ਆਉਣ, ਇਸ ਕਰਕੇ ਮੈਂ ਕਾਫੀ ਤੋਂ ਮਤਲਬ ਦੇਖੋ ਮੋਦੀ ਸਾਹਿਬ ਕੀ ਕਰ ਰਹੇ ਨੇ, ਇਹ ਮੇਰੇ ਵਿਚਾਰ ਸੀ ਜੀ। ਬਹੁਤ ਥੋੜਾ ਧੰਨਵਾਦ ਜੀ। ਈਵਨ UNO ਦੇ ਵਿੱਚ ਇੱਕ ਦੇਸ਼ ਦਾ ਜੋ ਅਨਾਊਂਸ ਦੱਸ ਰਿਹਾ ਸੀਗਾ ਉਹ ਬੋਲਦਾ ਬੋਲਦਾ ਬ੍ਰਿਗੇਡੀਅਰ ਸਾਹਿਬ ਰੋਣ ਲੱਗ ਪਿਆ। ਹਾਂਜੀ, ਕਿੱਡੀ ਉਹਦੇ ਮਨ ਨੂੰ ਠੇਸ ਲੱਗੀ ਹੋਵੇਗੀ। ਸੁਰ ਸਾਗਰ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਬੜਾ ਗੰਭੀਰ ਵਿਸ਼ਾ ਨੇ ਇਹ ਤਾਂ ਬਹੁਤ, ਬਚਕੀ ਦਾ ਸੁਣ ਕੇ ਦਿਲੇ ਕੰਬਦਾ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਤੁਹਾਨੂੰ ਬ੍ਰਿਗੇਡੀਅਰ ਸਾਹਿਬ ਨੂੰ ਵੀ। ਜਿਹੜੀ ਗੱਲ ਹੋਈ ਆ ਉਹਦਾ ਅਸੀਂ ਕੋਈ ਸਾਡੇ ਹਿੰਦੁਸਤਾਨ ਦਾ ਨਾ ਸਾਰੀ ਦੁਨੀਆਂ ਚ ਇੰਨਾ ਵਿਗੜਿਆ, ਇੰਨਾ ਭੈੜਾ ਕਿ ਇਹ ਰੇਪਿਸਟਾਂ ਦਾ ਕੇਸ ਦੇਸ਼ ਆ, ਸਾਨੂੰ ਰੱਬ ਤੋਂ ਅਸੀਂ ਡਰਦੇ ਕਿਸੇ ਗੱਲ ਤੋਂ ਵੀ ਨੀ। ਉਹਨਾਂ ਨੇ ਜਾਣ ਬੁੱਝ ਕੇ ਇੰਨੇ ਬੰਦਿਆਂ ਨੇ ਇੱਕ ਬੱਚੀ ਨੂੰ ਇੰਨਾ ਤੜਫਾ ਕੇ ਮਾਰਿਆ, ਇਹ ਕਿੱਥੇ ਲਿਖਿਆ ਹੈ, ਕਿੱਥੇ ਇਹ ਦੇਖਾ ਦੇਣਗੇ? ਇਹ ਜਿਹੜੇ ਪਤਾ ਨੀ ਕੀ ਕਿਹੋ ਜਿਹਾ ਰਾਜ ਕਰ ਰਹੇ ਨੇ, ਮੈਂ ਤਾਂ ਇਹ ਨੀ ਕਹਿੰਦਾ ਜਨਰਲ ਰਾਜ ਹੋਇਆ ਪਿਆ ਇੰਡੀਆ ਦਾ ਵਿੱਚ, ਤਾਂ ਇਹਦੇ ਬਾਰੇ ਤਾਂ ਗੱਲ ਕਰਨੀ ਵੀ ਸਾਨੂੰ ਸ਼ਰਮ ਆਉਂਦੀ ਆ ਕਿ ਅਸੀਂ ਬੱਚੀਆਂ ਨੂੰ ਵੀ ਨੀ ਬਖਸ਼ਿਆ। ਇੱਕ ਨਿੱਕੀ ਬੱਚੀ ਦਾ ਆਹ ਕੁਛ ਕੀਤਾ, ਉਹਦੀ ਮਾਂ ਪੇ ਦਾ, ਉਹਨਾਂ ਦੇ ਬਾਕੀ ਸਾਡੇ ਕੋਲ ਇੰਨਾ ਕੰਮ ਦਾ, ਉਹਨਾਂ ਦੀ ਕੀ ਹਾਲਤ ਹੋਊਗੀ? ਤੁਸੀਂ ਇਹ ਸੋਚੋ, ਇੱਥੇ ਕੋਈ ਇਨਸਾਫ਼ ਨੀ ਮਿਲ ਰਿਹਾ, ਇੰਨੇ ਦਿਨਾਂ ਦੇ ਰੌਲਾ ਪੈ ਰਿਹਾ, ਕੀ ਇਹਨਾਂ ਨੇ ਮੋਦੀ ਨੇ ਕੀ ਕੀਤਾ ਉਹਨਾਂ ਦਾ? ਤੋ ਜਿਹੜਾ ਤੁਸੀਂ ਕਹਿੰਦੇ ਆ ਵੀ ਸਿੱਖ ਇਤਿਹਾਸ, ਇਹ ਤਾਂ ਸਿੱਖਾਂ ਦੇ ਵਿੱਚ ਤਾਂ ਇਹ ਉਹਨਾਂ ਨੇ ਕੁੱਟ ਕੁੱਟ ਕੇ ਭਰਿਆ, ਸਾਡੇ ਗੁਰੂਆਂ ਨੇ ਸਾਡੇ ਜਿਹੜੇ ਸਾਹਿਬਜ਼ਾਦੇ ਉੱਥੇ ਨੀਹਾਂ ਚੁਣੇ, ਉਹਨਾਂ ਦੇ ਖੂਨ ਤੋਂ ਸਾਨੂੰ ਇਹ ਬਹੁਤ ਕੁਛ ਮਿਲਿਆ ਸੀ। ਜਿਹੜਾ ਅੰਮ੍ਰਿਤ ਛਕਦੇ ਉਹ ਤਾਂ ਬੜੀ ਵੱਡੀ ਗੱਲ ਹੈਗੀ ਆ, ਉਹ ਤਾਂ ਸਾਡੇ ਵਿੱਚ ਸਟ ਹੈਗੀ ਆ। ਤੇ ਜਿਹੜਾ ਤੁਸੀਂ ਰਾਖੀ ਦੇ ਆਹ ਰੱਖੋ, ਇਹ ਜਿਹੜਾ ਜ਼ੁਲਮ ਕਰਨ ਵਾਲੇ ਲੋਕ ਆ ਇਹਨਾਂ ਨੂੰ, ਇਹਨਾਂ ਲੋਕਾਂ ਤੋਂ ਤਾਂ ਰੱਬੇ ਵਿਚਾਰੇ ਕਈ ਵਾਰੀ, ਹੁਣ ਕਿੰਨਾ ਦਿੱਲੀ ਦੇ ਵਿੱਚ ਕੇਸ ਹੋ, ਇਹ ਇੰਡੀਆ ਵਿੱਚ ਇੱਥੇ ਤਾਂ ਚਲੋ ਜਿਹੜਾ ਪਤਾ ਲੱਗ ਗਿਆ ਉਹਨੂੰ ਛੱਡਦੇ ਨੀ, ਇੰਡੀਆ ਵਿੱਚ ਤਾਂ ਇਹ ਆਸਾਨੀ ਨਾਲ ਕਿਸੇ ਨੂੰ ਕੁਛ ਹੁੰਦੇ ਨੀ। ਹੁਣ ਜਿੰਨੇ 8-10 ਬੰਦੇ ਸੀ ਇਹਨਾਂ ਦੇ, ਇਹ ਤਾਂ ਮੂਹਰੇ ਖੜ ਕੇ ਪ੍ਰੋਫੈਸਰ ਦੇ ਵਕੀਲ ਵਗੈਰਾ ਮਸੀਹ ਉਹਨਾਂ ਦਾ ਕੇਸ ਕੋਈ ਲੜ ਰਿਹਾ, ਕੀ ਇਹ ਰਾਜ ਕੋਈ ਕੀ ਅਸੀਂ ਇਹਨੂੰ ਕਹਿ ਸਕਦੇ ਹਾਂ? ਸਾਡੇ ਲਈ ਤਾਂ ਬੜਾ ਉੱਥੇ ਜਾਣ ਤੋਂ ਵੀ ਖਤਰਾ, ਵੀ ਇਹ ਲੋਕ ਕਿੱਦਾਂ ਦੇ ਹੈਗੇ ਨੇ। ਧੰਨਵਾਦ ਜੀ। ਆਪਣੇ ਦੇਸ਼ ਤੋਂ ਡਰ ਲੱਗਦਾ, ਆਪਣੇ ਦੇਸ਼ ਜਾਣ ਤੋਂ ਵੀ ਅਸੀਂ ਵੱਡੇ ਹੋ ਕੇ ਆਏ ਹਾਂ। ਬਾਕੀ ਸਿੱਖਾਂ ਦੇ ਬਾਰੇ ਜਿਹੜੀ ਗੱਲ ਆ ਉਹ ਸਿੱਖਾਂ ਵਿੱਚ ਵੀ ਜ਼ਮੀਰ ਹੈ, ਪਰ ਉਹ ਵੀ ਮਰ ਜਾਂਦੀ ਹੈ ਲੋਕਾਂ ਦੇ ਵਿੱਚ। ਜੇ ਹੁਣ ਉਹਨਾਂ ਨੇ ਉਸ ਵੇਲੇ ਲਗਨਾ ਦਾ ਨਾਂ ਲਿਆ ਤਾਂ ਕੀ ਅਸੀਂ ਸਾਡਾ ਸਟੈਮਿਨਾ ਸ਼ਹਿਰ ਚੁੱਕਦਾ? ਇੱਕ ਸਿੱਖ ਵੀ ਇਸ ਤਰ੍ਹਾਂ ਦੇ ਕੰਮ, ਉਹ ਵੀ ਸਿਆਣੇ ਬਜ਼ੁਰਗ ਧੀਆਂ ਪੁੱਤਾਂ ਵਾਲੀ ਹੋ ਕੇ ਕਿੰਨਾ ਅਸੀਂ ਸ਼ਰਮਣਾ ਸਾਡੇ, ਅਸੀਂ ਕਹਿੰਦੇ ਸਾਡੇ ਬੱਚਿਆਂ ਨੂੰ ਨੀ ਪਤਾ, ਸਾਡੇ ਆਹ ਹੋ ਗਿਆ ਉਹਨਾਂ ਨੇ ਨਸ਼ੇ, ਉਹਦਾ ਨਸ਼ਿਆਂ 'ਚ ਗਾਰਕ ਗਿਆ ਜਾਂ ਡਰੱਗ ਵਗੈਰਾ 'ਚ, ਪਰ ਅਸੀਂ ਲੋਕ ਗਏ ਕਿੱਥੇ ਹਾਂ? ਅਸੀਂ ਬਾਹਰ ਜੋ ਹੁੰਦਾ ਉਹਨੂੰ ਥੋੜ੍ਹੇ ਸੋਰਸ ਖੁੱਲਦੀ ਆ, ਉੱਥੇ ਲੋਕ ਕੋਈ, ਮੈਂ ਜਾ ਕੇ ਆਈ ਹਾਂ, ਕੋਈ ਇਹਨਾਂ ਗੱਲਾਂ ਬਾਰੇ ਗੱਲ ਵੀ ਨਹੀਂ ਕਰਦਾ, ਇਹਨਾਂ ਲੋਕਾਂ ਨੂੰ ਪਤਾ ਹੀ ਨਹੀਂ ਕੋਈ ਰੋਟੀ ਕੱਪੜਾ ਮਕਾਨ ਵਗੈਰਾ ਤੁਰੇ ਫਿਰਦੇ ਆ ਜਾਂ ਬਾਹਰੋਂ ਆ ਗਏ ਉਹਦੇ ਮਗਰ ਤੁਰੇ ਫਿਰ, ਸਾਨੂੰ ਬਾਹਰ ਕਿੱਦਾਂ ਲਿਜਾਣਾ? ਉੱਥੇ ਲੋਕ ਸੋਚਦੇ ਕੁਛ ਨਹੀਂ। ਬਹੁਤ ਬਹੁਤ ਮਿਹਰਬਾਨੀ ਜੀ। ਲਓ ਜੀ, ਮੈਂ ਤਾਂ ਸਮਝਦਾ ਪਹਿਲਾਂ ਜਿੱਦਾਂ ਕਾਂਤੀਆ ਕਾਰਡ ਹੋਇਆ ਸੀਗਾ, ਅਜਿਹੇ ਜਿਹੜੇ ਕੋਈ ਵੀ ਲੀਡਰ ਹਨ ਜਿਹਨਾਂ 'ਤੇ ਕੋਈ ਵੀ ਕਿੰਤੂ ਪਰੰਤੂ ਹੋਵੇ, ਇਹਨਾਂ ਦੇਸ਼ਾਂ 'ਚ ਵੇਖੋ ਕਿਤੇ ਵੀ ਕਿੰਤੂ ਪਰੰਤੂ ਦਾਵਾ ਨਿਊਜ਼ ਆਉਂਦੀ ਆ ਅਗਲਾ ਰਿਜ਼ਾਈਨ ਕਰਕੇ ਹੋ ਜਾਂਦਾ ਜੀ। ਹਾਂਜੀ, ਭਾਰਤ ਦੇ ਵਿੱਚ ਤਾਂ ਵੇਖੋ ਈਵਨ ਕੇਸ ਵੀ ਪਏ ਹਨ ਅਤੇ ਉਹ ਆਪਣੇ ਦੰਦ ਨਾਉਂਦੇ ਫਿਰ ਰਹੇ ਹਨ, ਉਹ MLA ਹਨ, ਉਹ ਲੀਡਰ ਹਨ, ਉਹ ਦੇਸ਼ ਨੂੰ ਚਲਾ ਰਹੇ ਹਨ ਜੀ। ਇਹ ਇੱਥੇ ਦਾ ਅਤੇ ਉੱਥੋਂ ਦਾ ਜ਼ਮੀਨ ਅਸਮਾਨ ਦਾ ਫਰਕ ਆ। ਸੁਰ ਸਾਗਰ, ਲਓ ਜੀ ਅਸੀਂ ਇੱਥੇ ਹੀ ਸਮਾਪਤੀ ਕਰਦੇ ਹਾਂ। ਇੱਕ ਕਾਲ ਪਲੀਜ਼ ਹੁਣ ਨਾ ਕਰਨਾ ਕਾਲ, ਕਿਉਂਕਿ ਸਮਾਂ ਕਾਫੀ ਹੋ ਚੁੱਕਾ ਹੈ, ਦੂਸਰੇ ਪ੍ਰੋਗਰਾਮ ਦਾ ਅਸੀਂ ਕੁਝ ਸਮਾਂ ਲੈ ਰਹੇ ਹਾਂ। ਲਓ ਆਖਰੀ ਕਾਲ, ਸੁਰ ਸਾਗਰ। ਹੈਲੋ ਜੀ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਮੈਂ ਅਜੀਤ ਸਿੰਘ ਬੋਲਦਾ ਜੀ। ਜੀ ਸਰਦਾਰ ਸਾਹਿਬ, ਇਹ ਜਿਹੜੇ ਆ ਚਾਂਸ ਹੋਇਆ ਨਾ ਜੀ, ਜੀ ਇਸ ਚਾਂਸ ਦੇ ਵਿੱਚ ਜਿਹੜਾ ਵਕੀਲ ਵੀ ਖੜਾ ਹੋਵੇ ਉਹਨੂੰ ਵੀ ਫਾਂਸੀ ਲਾਓ, ਉਹਨੂੰ ਵੀ ਫਾਂਸੀ ਲੱਗਣੀ ਚਾਹੀਦੀ ਆ। ਹਾਂਜੀ,
ਵੇਖੋ ਜੀ, ਉਹ ਤੇ ਪੋਸੀਬਲ ਨਹੀਂ ਹੋਣਾ, ਕਿਉਂਕਿ ਦੇਸ਼ ਦਾ ਕਾਨੂੰਨ ਹੈ ਕਿ ਆਪਣਾ ਵਕੀਲ ਤੁਸੀਂ ਖੜਾ ਕਰ ਸਕਦੇ ਹੋ। ਇਹੋ ਹੀ ਗੱਲ ਹੋਵੇ ਕਿ ਉਹਦੇ ਉਹਨਾਂ ਲਈ ਕੋਈ ਕੇਸ ਹੀ ਨਾ ਲੜੇ, ਸਰਕਾਰੀ ਫਿਰ ਵਕੀਲ ਮਿਲ ਜਾਂਦਾ ਹੈ। ਓਕੇ, ਧੰਨਵਾਦ ਜੀ। ਪਲੀਜ਼ ਆਖਰੀ ਕਾਲ ਨਾ ਕਾਲ ਕਰਨਾ ਹੁਣ, ਜਦੋਂ ਕਾਲ ਆ ਜਾਂਦੀ ਹੈ ਤਾਂ ਫਿਰ ਦਿਲ ਨਹੀਂ ਕਰਦਾ ਕਿ ਤੁਸੀਂ ਖੇਚਲ ਕਰਕੇ ਕਾਲ ਕਰ ਰਹੇ ਹੋ ਅਤੇ ਅਸੀਂ ਗੱਲ ਨਾ ਕਰੀਏ। ਸੋ ਬ੍ਰਿਗੇਡੀਅਰ ਸਾਹਿਬ, ਸਮਾਂ ਕਾਫੀ ਆਪਾਂ ਦੂਜੇ ਪ੍ਰੋਗਰਾਮ ਦਾ ਲੈ ਚੁੱਕੇ ਹਾਂ, ਕਾਫੀ ਆਪਾਂ ਵੇਖਿਆ ਆਪਣੇ ਦਰਸ਼ਕਾਂ ਅਤੇ ਸਰੋਤਿਆਂ ਦਾ ਜਿਹੜਾ ਮਨ ਜਿਹੜਾ ਪਸੀਜਿਆ ਪਿਆ ਹੈ। ਹਾਂਜੀ ਬਿਲਕੁਲ, ਮੈਂ ਇੱਕੋ ਹੀ ਕਮੈਂਟ ਦੇਣਾ ਚਾਹੁੰਦਾ ਕਿਉਂਕਿ ਮੌਕਾ ਨਹੀਂ ਮਿਲਿਆ। ਹਜ਼ਾਰਾ ਸਿੰਘ ਉਹਨਾਂ ਨੇ ਕਿਹਾ ਕਿ ਜਦੋਂ ਸਰਬੱਤ ਖਾਲਸਾ ਪਿੱਛੇ ਹੋਇਆ, ਉੱਚੇ ਜਿਹੜੇ ਫੋਰਨ ਦੇ ਸਿੱਖ ਸਨ ਉਹ ਅਕਾਲ ਤਖ਼ਤ ਦਾ ਕੰਟਰੋਲ ਲੈਣਾ ਚਾਹੁੰਦੇ। ਮੇਰਾ ਖਿਆਲ ਉਹ ਕਿਸੇ ਵੀ ਤੱਥ 'ਤੇ ਨਹੀਂ ਹੈ, ਕਿਉਂਕਿ ਮੈਂ ਦੋ ਸੱਜਣਾਂ ਨੂੰ ਤਾਂ ਪਰਸਨਲੀ ਜਾਣਦਾ, ਇੱਕ ਨਿਊ ਜਰਸੀ ਤੋਂ ਗਏ ਸੀ ਅਤੇ ਇੱਕ ਇੰਡੀਆ ਪੋਲਿਸ ਤੋਂ ਗਏ ਸਨ। ਉੱਥੇ ਉਹਨਾਂ ਨੇ ਹਿੱਸਾ ਵੀ ਲਿਆ, ਆਪਣੇ ਪੁਆਇੰਟ ਜ਼ਰੂਰ ਦਿੱਤੇ ਉਹਨਾਂ ਨੇ। ਉਹਨਾਂ ਦੀ ਕੰਟੈਂਸ਼ਨ ਇਹ ਸੀ ਕਿ ਅਕਾਲ ਤਖ਼ਤ ਨੂੰ ਫਰੀ ਕੀਤਾ ਜਾਵੇ ਪੋਲੀਟਿਕਸ ਤੋਂ। ਉਹਨਾਂ ਨੇ ਕਦੀ ਵੀ ਕਿਸੇ ਵੀ ਸਿੱਖ ਨੇ, ਮੇਰੇ ਖਿਆਲ ਜੇ ਉਹਨਾਂ ਕੋਈ ਇੱਥੇ ਹੈ ਇਨਫੋਰਮੇਸ਼ਨ ਹੈ ਉਹ ਸਾਡੇ ਨਾਲ ਸਾਂਝੀ ਕਰਨ, ਕਿਉਂਕਿ ਹੁਣ ਉਹ ਜਵਾਬ ਨਹੀਂ ਦੇ ਸਕਦੇ, ਨੈਕਸਟ ਟਾਈਮ ਕਰ ਸਕਦੇ ਹਾਂ, ਪਰ ਮੇਰਾ ਨਹੀਂ ਖਿਆਲ, ਕਿਉਂਕਿ ਅਦਰਵਾਈਜ਼ ਇਹ ਮਿਸ ਇਨਫੋਰਮੇਸ਼ਨ ਸਾਡੇ ਸਰੋਤਿਆਂ ਨੂੰ ਜਾਏ। ਹਾਂਜੀ, ਦੱਸੋ। ਸੋ ਅਸੀਂ ਆਪ ਜੀ ਨੂੰ ਬੇਨਤੀ ਕਰਦੇ ਹਾਂ, ਜਿਹੜੇ ਵੀ ਗੁਰਦੁਆਰੇ ਕਮੇਟੀ ਸਾਹਿਬਾਨ ਦੇ ਮੈਂਬਰ ਹਨ, ਜਿੱਦਾਂ ਰਾਮ ਸਿੰਘ ਪ੍ਰਿੰਸੀਪਲ ਜੀ, ਪਲੀਜ਼ ਆਪ ਜੀ ਨੂੰ ਬੇਨਤੀ ਹੈ ਹੱਥ ਜੋੜ ਕੇ ਕਿ ਤੁਹਾਡੀ ਪਹੁੰਚ ਹੈ, ਕੋਈ ਨਾ ਕੋਈ ਆਪਾਂ ਇਸ ਤਰੀਕੇ ਦਾ ਰਾਬਤਾ ਕਾਇਮ ਕਰੀਏ, ਕੋਈ ਕੜੀ ਬਣੀਏ, ਅਤੇ ਇਹ ਕਿਸੇ ਨਾ ਕਿਸੇ ਬੰਨੇ ਜਿਹੜਾ ਇਸ ਵੇਲੇ ਇਹ ਵੱਡੀ ਗਿਣਤੀ ਵਿੱਚ ਬਾਹਰ ਸਿੱਖ ਭਾਈਚਾਰਾ ਰਹਿ ਰਿਹਾ ਹੈ, ਉਸ ਨੂੰ ਵੀ ਰਿਕੋਗਨਾਈਜੇਸ਼ਨ ਦਵਾਉਣ ਦੇ ਵਿੱਚ ਤੁਸੀਂ ਕੋਸ਼ਿਸ਼ ਕਰੋ। ਔਰ ਇਸ ਵੇਲੇ ਫਰਜ਼ ਬਣਦਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਨਾਲ ਦੀ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਕਿ ਉਹ ਬਾਹਰਲੇ ਸਿੱਖਾਂ ਨੂੰ ਵੀ ਬਰਾਬਰਤਾ, ਉਹਨਾਂ ਦੀ ਵਿਚਾਰ ਸੁਣਦੇ ਹੋਏ ਡਿਸੀਜ਼ਨ ਦੇਣ ਦੇ ਵਿੱਚ ਬਰਾਬਰਤਾ ਰੱਖੀ ਜਾਵੇ। ਸੋ ਕਿਉਂਕਿ ਹੁਣ ਵਸੋਂ ਜਿਹੜੀ ਹੈ ਬਾਹਰਲੇ ਦੇਸ਼ਾਂ 'ਚ ਵੀ ਸਿੱਖਾਂ ਦੀ ਕਾਫੀ ਹੋ ਚੁੱਕੀ ਹੈ, ਸੋ ਇਸ ਵੇਲੇ ਅਤਿ ਜ਼ਰੂਰੀ ਹੈ ਕਿ ਇਸ ਨੂੰ ਬੈਲੈਂਸ ਬਣਾਉਣ ਵਾਸਤੇ ਅਤੇ ਜਿਹੜੇ ਡਿਸੀਜ਼ਨ ਰਾਈਟ ਆਉਣ ਉਹਨਾਂ ਨੂੰ ਬਣਾਉਣ ਵਾਸਤੇ ਬਾਹਰਲੇ ਵਸੇ ਹੋਏ ਸਿੱਖਾਂ ਦੀ ਜ਼ਰੂਰ ਰਾਏ ਲਈ ਜਾਵੇ। ਸੋ ਲਓ, ਅਸੀਂ ਸੋਮਵਾਰ ਨੂੰ ਸ਼ਾਮ ਨੂੰ ਵੀ ਪ੍ਰੋਗਰਾਮ ਕਰਾਂਗੇ, ਮੈਂ ਅਤੇ ਬ੍ਰਿਗੇਡੀਅਰ ਸਾਹਿਬ 8 ਤੋਂ 9 ਦੇ ਦੌਰਾਨ, ਅਤੇ ਮੰਗਲਵਾਰ ਨੂੰ ਵੀ 8 ਤੋਂ 9 ਦੇ ਦੌਰਾਨ। ਸੋ ਅਸੀਂ ਆਪ ਜੀ ਨੂੰ ਅਪੀਲ ਕਰਦੇ ਹਾਂ ਕਿ ਇਸ ਪ੍ਰੋਗਰਾਮ ਦੇ ਵਿੱਚ ਵੀ ਪਾਰਟੀਸਪੇਟ ਕਰਨਾ। ਇਹਨਾਂ ਪ੍ਰੋਗਰਾਮਾਂ ਦੀ ਲੜੀ ਆਪਾਂ ਕੱਲ੍ਹ ਵਾਲੇ ਪ੍ਰੋਗਰਾਮ ਦੇ ਵਿੱਚ ਇਸੇ ਤਰੀਕੇ ਨਾਲ ਬਣਾਈ ਰੱਖਾਂਗੇ। ਸੋ ਜਿਨ੍ਹਾਂ ਘਰਾਂ ਦੇ ਵਿੱਚ ਟੈਲੀਵਿਜ਼ਨ ਚੈਨਲ ਨਹੀਂ ਹੈ, ਪਲੀਜ਼ ਉਹ ਚੈਨਲ ਲਵਾਓ। ਜਿਨ੍ਹਾਂ ਘਰਾਂ 'ਚ ਰੇਡੀਓ ਨਹੀਂ ਹੈ ਉਹ ਆ ਕੇ ਰੇਡੀਓ ਲਿਜਾ ਸਕਦੇ ਹਨ। ਤੁਸੀਂ ਮੈਨੂੰ ਕਾਲ ਕਰ ਸਕਦੇ ਹੋ 647-502-4800, 647-502-4800। ਲਓ, ਅੱਗੇ ਚਾਹੁੰਦੇ ਹਾਂ, ਉਮੀਦ ਰੱਖਦੇ ਹਾਂ। ਬ੍ਰਿਗੇਡੀਅਰ ਸਾਹਿਬ, ਆਪਾਂ ਫਿਰ ਮਿਲਾਂਗੇ। ਸਤਿ ਸ਼੍ਰੀ ਅਕਾਲ ਜੀ।